ਤੁਸੀਂ ਵੀ ਵਿਦੇਸ਼ ਜਾਣ ਦਾ ਸੁਪਨਾ ਵੇਖ ਰਹੇ ਹੋ ਪਰ ਤੁਹਾਡੇ ਆਇਲਟਸ ਵਿੱਚੋਂ ਮਨ ਚਾਹੇ ਬੈਂਡਸ ਨਹੀਂ ਆ ਰਹੇ? ਫਿਕਰ ਨਾ ਕਰੋ, ਹੁਣ ਪਾਓ ਗਾਰੰਟੀਡ 7 ਬੈਂਡ। ਅੱਜ ਹੀ ਜੁਆਇਨ ਕਰੋ RS ਗਲੋਬਲ ਸਕੂਲ ਆਫ ਲੈਂਗੁਏਜਸ ਦੀਆਂ ਆਇਲਟਸ ਕਲਾਸਿਸ। ਵਰਕਿੰਗ ਪ੍ਰੋਫਾਈਲ ਲੋਕਾਂ ਲਈ ਵੀ ਖਾਸ ਸੁਨਹਿਰੀ ਮੌਕਾ। ਅਰਲੀ ਮਾਰਨਿੰਗ ਅਤੇ ਲੇਟ ਈਵਨਿੰਗ ਬੈਚਸ ਹਨ ਉਪਲਬਧ, ਤਾਂ ਦੇਰੀ ਕਿਉਂ? ਅੱਜ ਹੀ ਜੁਆਇਨ ਕਰੋ। IDP ਅਤੇ ਬ੍ਰਿਟਿਸ਼ ਕਾਉਂਸਲ ਵੱਲੋਂ ਸਰਟੀਫਾਈਡ ਟ੍ਰੇਨਰਸ ਕੋਲੋਂ ਟ੍ਰੇਨਿੰਗ ਲੈ ਕੇ ਪਾਓ ਗਾਰੰਟੀਡ 7 ਬੈਂਡ ਅਤੇ ਆਪਣੇ ਵਿਦੇਸ਼ ਜਾਣ ਦੇ ਸੁਪਨੇ ਨੂੰ ਕਰੋ ਸਾਕਾਰ RS ਗਲੋਬਲ ਸਕੂਲ ਆਫ ਲੈਂਗੁਏਜਸ। ਤਾਂ ਕਾਲ ਕਰੋ 70509 70509। ਜੇਕਰ ਤੁਹਾਡਾ ਹੈ ਸੁਪਨਾ ਕੈਨੇਡਾ ਆਸਟ੍ਰੇਲੀਆ USA ਵਿੱਚ ਜਾਣ ਦਾ, ਤਾਂ ਕਰੋ ਇਸ ਸੁਪਨੇ ਦੀ ਸ਼ੁਰੂਆਤ ਦੁਬਈ ਤੋਂ। RS ਗਲੋਬਲ ਲੈ ਕੇ ਆਇਆ ਹੈ ਤੁਹਾਡੇ ਲਈ ਮੌਕਾ। ਦੁਬਈ ਵਿੱਚ 3 ਮੰਥ ਦੀ ਪ੍ਰੋਫੈਸ਼ਨਲ ਸ਼ੈਫ ਸਟੱਡੀ ਕਰਨ ਤੋਂ ਬਾਅਦ 5-star ਹੋਟਲ ਵਿੱਚ ਜੌਬ ਕਰਨ ਅਤੇ 3 ਸਾਲ ਬਾਅਦ ਕੈਨੇਡਾ USA ਆਸਟ੍ਰੇਲੀਆ ਵਿੱਚ PR ਲੈਣ ਦਾ। ਅੱਜ ਹੀ ਕਰੋ ਆਪਣਾ ਵੀਜ਼ਾ ਅਪਲਾਈ। ਇਮੀਗ੍ਰੇਸ਼ਨ ਦੀ ਦੁਨੀਆ ਵਿੱਚ ਜਾਣਿਆ ਪਹਿਚਾਣਿਆ ਨਾਮ ਸੁਖਚੈਨ ਸਿੰਘ ਰਾਹੀ, ਜਿਨ੍ਹਾਂ ਨੂੰ ਹੈ 12 ਸਾਲ ਦਾ ਐਕਸਪੀਰੀਅੰਸ ਅਤੇ ਪੰਜਾਬ ਸਰਕਾਰ ਤੋਂ ਹਨ ਮਨਜ਼ੂਰ ਸ਼ੁਦਾ ਕੰਸਲਟੈਂਟ। ਸੰਪਰਕ ਕਰੋ RS ਗਲੋਬਲ ਇਮੀਗ੍ਰੇਸ਼ਨ 9779777877। ਸਤਿ ਸ਼੍ਰੀ ਅਕਾਲ ਜੀ, ਸਵਾਗਤ ਸਾਰੇ ਦਰਸ਼ਕਾਂ ਦਾ ਜਿਹੜੇ ਇਸ ਵੇਲੇ ਸਾਡੇ ਪ੍ਰੋਗਰਾਮ ਨੂੰ ਦੇਖ ਰਹੇ ਨੇ। ਸੋ ਅੱਜ ਇੱਕ ਵਾਰ ਫਿਰ ਤੋਂ ਸੁਖਚੈਨ ਸਿੰਘ ਰਾਹੀ ਜੀ ਨੂੰ ਸੱਦਾ ਦਿੱਤਾ ਗਿਆ RS ਗਲੋਬਲ ਇਮੀਗ੍ਰੇਸ਼ਨ ਤੋਂ। ਉਹਨੇ ਕਾਫੀ ਜਿਹੜੇ ਅੱਜ ਸਵਾਲ ਵੀ ਮੇਰੇ ਕੋਲ ਪਹੁੰਚੇ ਨੇ, ਖਾਸ ਨੇ ਜਿਹੜੇ ਸਵਾਲ ਸਿੰਗਾਪੁਰ, ਦੁਬਈ ਅਤੇ ਜਪਾਨ ਨੂੰ ਲੈ ਕੇ ਨੇ। ਸੋ ਇਸੇ ਕਰਕੇ ਅੱਜ ਉਹਨਾਂ ਨੂੰ ਸੱਦਾ ਦਿੱਤਾ ਗਿਆ। ਸੋ ਪਹਿਲਾਂ ਸਵਾਗਤ ਕਰ ਲਈਏ, ਫਿਰ ਚਰਚਾ ਨੂੰ ਜਿਹੜਾ ਸ਼ੁਰੂ ਕਰਾਂਗੇ। ਰਾਹੀ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਭਾਜੀ, ਪ੍ਰੋਗਰਾਮ ਵੇਖ ਰਹੇ ਮੇਰੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਅਤੇ ਮੇਰੀ ਸਮੁੱਚੀ ਟੀਮ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਧੰਨਵਾਦ ਤੁਹਾਡੇ ਸਾਰਿਆਂ ਦਾ ਜੋ ਸਾਡੇ ਸ਼ੋਅ ਨੂੰ ਕਬੂਲਦੇ ਹੋ, ਆਪਣੇ ਵਧੀਆ ਵਧੀਆ ਸੁਝਾਅ ਲਿਖ ਕੇ ਭੇਜਦੇ ਹੋ। ਐਂਡ ਤੁਹਾਡੇ ਉਸ ਸੁਝਾਅ ਦੇ ਨਤੀਜੇ ਦਾ ਇਹ ਰਿਜ਼ਲਟ ਨਿਕਲਦਾ ਕਿ ਅਸੀਂ ਆਪਣੇ ਇਸ ਸ਼ੋਅ ਨੂੰ ਤੁਹਾਡੇ ਮੋਰੇ ਹੋਰ ਅੱਛੇ ਤਰੀਕੇ ਡੈਡੀਕੇਟ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਪਿਛਲੇ ਹਫ਼ਤੇ ਜਿਹੜੇ ਸਵਾਲ ਸਾਨੂੰ ਜ਼ਿਆਦਾ ਮਿਲੇ, ਤੁਹਾਨੂੰ ਵੀ ਕਾਫੀ ਸਵਾਲ ਆਏ, ਸਾਡੇ ਫੇਸਬੁੱਕ 'ਤੇ ਕਾਫੀ ਮੈਸੇਜ ਆਏ, ਉਹ ਸੀਗੇ ਸਰ ਤੁਸੀਂ ਆਸਟ੍ਰੇਲੀਆ ਬਾਰੇ ਗੱਲ ਤਾਂ ਕਰ ਲਈ, ਨਿਊਜ਼ੀਲੈਂਡ ਬਾਰੇ ਗੱਲ ਤਾਂ ਕਰ ਲਈ, ਆਇਲਟਸ ਵਾਲੇ ਬੱਚਿਆਂ ਤੋਂ ਇਲਾਵਾ ਜਿਹੜੇ ਵਿਦਆਊਟ ਆਇਲਟਸ ਵਾਲੇ ਬੱਚੇ ਨੇ, ਪੜ੍ਹਾਈ 'ਚ ਜਿਨ੍ਹਾਂ ਦਾ ਗੈਪ ਹੈ, ਨੰਬਰ ਥੋੜ੍ਹੇ ਹੈ, ਕਿ ਉਹ ਕਿਸੇ ਕੰਟਰੀ ਜਾ ਨਹੀਂ ਸਕਦੇ, ਸਾਡੇ ਬਾਰੇ ਗੱਲ ਕਰੋ। ਸੋ ਅੱਜ ਸ਼ੋਅ ਡੈਡੀਕੇਟਡ ਰਹੇਗਾ ਕੇਵਲ ਅਤੇ ਕੇਵਲ ਉਹਨਾਂ ਬੱਚਿਆਂ ਲਈ ਜਿਹੜੇ ਬੱਚੇ ਆਇਲਟਸ ਨਹੀਂ ਕਰ ਸਕਦੇ, ਜਾਂ ਜਿਹਨਾਂ ਨੰਬਰ ਬੈਂਡ ਜਿਹੜੇ ਕਹੀਏ 5.5 ਤੋਂ ਘੱਟ, ਉਹ ਨਾ ਦੇ ਬਰਾਬਰ ਗਿਣਿਆ ਜਾਂਦਾ, ਜਾਂ ਜਿਹੜੀ ਪੜ੍ਹਾਈ 'ਚ 2-4 ਸਾਲ 5 ਸਾਲ ਈਵਨ ਕਿ 10 ਸਾਲ ਤੱਕ ਦਾ ਗੈਪ ਪੈ ਗਿਆ। ਸੋ ਬਜਟ ਤੁਹਾਡਾ 3 ਲੱਖ ਆ ਜਾਂ ਬਜਟ ਤੁਹਾਡਾ 10 ਲੱਖ ਆ, ਡਿਪੈਂਡ ਕਰਦਾ ਤੁਹਾਡੀ ਆਪਣੀ ਪ੍ਰੋਫਾਈਲ ਦੇ ਉੱਤੇ। ਅੱਜ ਗੱਲ ਕਰਾਂਗੇ ਸਿਰਫ ਉਹਨਾਂ ਬੱਚਿਆਂ ਦੀ ਜਿਹੜੇ ਬੱਚੇ ਪੜ੍ਹਾਈ 'ਚ ਗੈਪ ਪਵਾ ਚੁੱਕੇ ਜਾਂ ਜਿਹੜੇ ਆਇਲਟਸ ਨਹੀਂ ਕਰ ਸਕਦੇ। ਸੋ ਧਿਆਨ ਨਾਲ ਜੁੜੇ ਰਹੋ, ਅਗਲੇ 20-22 ਮਿੰਟ ਤੁਹਾਡੇ ਲਈ ਜ਼ਿੰਦਗੀ ਸਭ ਤੋਂ ਬੈਸਟ ਇਹ 20-22 ਮਿੰਟ ਹੋ ਸਕਦੇ ਆ, ਤਾਂ ਕਿ ਤੁਸੀਂ ਜ਼ਿੰਦਗੀ ਨੂੰ ਇੱਕ ਸਹੀ ਮੁਕਾਮ 'ਤੇ ਲੈ ਕੇ ਜਾ ਸਕੋ। ਸੋ ਸਿੰਗਾਪੁਰ, ਦੁਬਈ ਅਤੇ ਨਾਲ ਜਾਪਾਨ ਦੀ ਗੱਲ ਕਰਾਂਗੇ। ਵਰਕ ਪਰਮਿਟ ਦੀ ਗੱਲ ਨਹੀਂ ਕੀਤੀ ਜਾ ਰਹੀ, ਕੰਮ ਬਾਰੇ ਗੱਲ ਨਹੀਂ ਕੀਤੀ ਜਾ ਰਹੀ, ਪਰ ਕੰਮ ਦੀਆਂ ਗੱਲਾਂ ਕੀਤੀਆਂ ਜਾਣਗੀਆਂ ਕਿ ਉੱਥੇ ਜਾ ਕੇ ਕਿਵੇਂ ਪੜ੍ਹ ਕੇ ਤੁਸੀਂ ਜਿਹੜਾ ਇੱਕ ਫਿਊਚਰ ਬਣਾ ਸਕਦੇ ਹੋ ਚੰਗਾ, ਜਾਂ ਸੈਟਲ ਹੋ ਸਕਦੇ ਹੋ ਨਾ। ਸੋ ਸਿੰਗਾਪੁਰ ਤੋਂ ਸਭ ਤੋਂ ਪਹਿਲਾਂ ਮੈਂ ਸ਼ੁਰੂ ਕਰਾਂਗਾ। ਪਿਛਲੇ ਸਮੇਂ ਦੌਰਾਨ ਬਹੁਤ ਸਾਰੇ ਬੱਚੇ ਪੰਜਾਬ ਤੋਂ ਸਿੰਗਾਪੁਰ ਭੇਜੇ ਗਏ, 6 ਮਹੀਨੇ ਪੜ੍ਹੋਗੇ, 6 ਮਹੀਨੇ ਤੁਸੀਂ ਉੱਥੇ ਕੰਮ ਕਰੋਗੇ, $1500 ਮਿਲ ਜਾਣਗੇ, 2 ਸਾਲ ਬਾਅਦ ਐਸ ਪਾਸ ਮਿਲ ਜਾਏਗਾ, ਪਰ ਕੋਈ ਸਾਲ ਪੜ੍ਹ ਕੇ ਵਾਪਸ ਆ ਗਿਆ, ਕੋਈ 2 ਸਾਲ ਪੜ੍ਹ ਕੇ ਵਾਪਸ ਆ ਗਿਆ, ਕੁਛ ਨਹੀਂ ਬਣਿਆ। ਕੀ ਕਾਰਨ ਰਹੇ ਵਾਪਸ ਆਉਣ ਦੇ? ਕਿਉਂ ਬੱਚਾ ਮਾਈਗ੍ਰੇਟ ਨਹੀਂ ਹੋ ਸਕਿਆ? ਕਿਉਂ ਬੱਚਾ ਐਸ ਪਾਸ ਨਹੀਂ ਲੈ ਸਕਿਆ? ਜਾਂ ਕਿਉਂ ਅੱਜ ਬਹੁਤ ਸਾਰਾ ਬੱਚਾ ਸਿੰਗਾਪੁਰ ਤੋਂ ਨੈਗੇਟਿਵ ਹੋ ਕੇ ਬੈਠਾ? ਤੁਸੀਂ ਬੜਾ ਵਧੀਆ ਸਵਾਲ ਕੀਤਾ ਕਿ ਵਰਕ ਪਰਮਿਟ ਦੀ ਗੱਲ ਨਹੀਂ ਕੀਤੀ ਜਾਈ, ਬਟ ਕੰਮ ਦੀ ਗੱਲ ਕੀਤੀ ਜਾਏਗੀ। ਮੈਂ ਤੁਹਾਡੇ ਵਰਕ ਪਰਮਿਟ ਦਾ ਸਵਾਲ ਵੀ ਜਵਾਬ ਜ਼ਰੂਰ ਦਊਂਗਾ। ਸੋਮਵਾਰ ਨੂੰ ਮੈਂ ਲਾਈਵ ਹੋ ਕੇ ਇਹਦੇ ਬਾਰੇ ਮੈਂ ਕਾਫੀ ਲੋਕਾਂ ਨੂੰ ਚਾਨਣਾ ਪਾਇਆ ਸੀ, ਬਟ ਖੈਰ ਪਹਿਲਾਂ ਸਿੰਗਾਪੁਰ ਦਾ ਸਵਾਲ ਦਾ ਜਵਾਬ ਦੇ ਦਾਂ, ਬਟ ਜਾਂ ਬਾਅਦ ਵਿੱਚ ਮੈਂ ਵਰਕ ਪਰਮਿਟ ਵਾਲੇ ਬੱਚਿਆਂ ਲਈ ਵੀ ਗੱਲ ਕਰਾਂਗਾ ਕਿ ਜਿਵੇਂ ਵਰਕ ਪਰਮਿਟ 'ਤੇ ਕਿਵੇਂ ਜਾ ਸਕਦੇ ਹੋ, ਕਿਹੜਾ ਕਿਹੜਾ ਜਾ ਸਕਦਾ। ਬਟ ਪਹਿਲਾਂ ਤੁਹਾਡੇ ਸਵਾਲ ਦਾ ਜਵਾਬ ਸਿੰਗਾਪੁਰ ਨੂੰ ਲੈ ਕੇ ਇਸ ਕਰਕੇ ਕਿਉਂਕਿ ਅੱਜ ਤੱਕ ਤੁਸੀਂ ਵੀ ਦੇਖਿਆ ਰਹੇਗਾ, ਤੁਸੀਂ ਵੀ ਪੰਜਾਬ 'ਚ ਰਹਿੰਦੇ ਹੋ, ਅਸੀਂ ਵੀ ਰਹਿੰਦੇ ਹਾਂ, ਤੁਸੀਂ ਵੀ ਦੇਖਦੇ ਹੋ, ਪੰਜਾਬ ਵਿੱਚ ਸਾਰੀਆਂ ਅਖਬਾਰਾਂ ਦੇ ਵਿੱਚ, ਐਡਵਰਟੀਜ਼ਮੈਂਟ ਦੇ ਵਿੱਚ, ਜਾਂ ਕਿਸੇ ਵੀ ਸੋਸ਼ਲ ਮੀਡੀਆ ਵਿੱਚ ਜਦੋਂ ਸਿੰਗਾਪੁਰ ਦੀ ਐਡ ਲੱਗਦੀ ਨਾ, ਤਾਂ ਉੱਥੇ ਇਹ ਐਡ ਲੱਗਦੀ ਹੈ ਵੀ ਪੰਜਾਬ ਕਾ ਸਭਸੇ ਸਸਤਾ ਪੈਕੇਜ ਹਮਸੇ ਪਾਏ, ਸਿੰਗਾਪੁਰ ਜਾਏ ਔਰ ਲੱਖੋਂ ਕਮਾਏ। ਮਤਲਬ ਸਿੰਗਾਪੁਰ ਨੂੰ ਇੱਕ ਇਹੋ ਜਿਹਾ ਕੰਟਰੀ ਬਣਾ ਕੇ ਪ੍ਰਮੋਟ ਕੀਤਾ ਜਾਂਦਾ ਜਿਵੇਂ ਸ਼ਾਇਦ, ਮਤਲਬ ਸਿੰਗਾਪੁਰ ਨਹੀਂ ਜਾਣਾ ਆਪਾਂ, ਲਾਗੇ ਕਿਤੇ ਗਵਾਂਢ 'ਚ ਜਾਣਾ। ਔਰ ਸਿੰਗਾਪੁਰ 'ਚ ਵਿਦਆਊਟ ਆਇਲਟਸ ਜਾਏ, 10 ਸਾਲ ਕਾ ਗੈਪ ਸਵੀਕਾਰ, ਫਲਾਣ ਢੀਂਗ, ਮਤਲਬ ਬੱਚੇ ਨੂੰ ਇੰਨਾ ਕੁ ਜ਼ਿਆਦਾ ਰੋਜ਼ੀ ਪਿਕਚਰ ਦਿਖਾ ਕੇ ਸਿੰਗਾਪੁਰ ਭੇਜ ਜਾਂਦਾ, ਜਦੋਂ ਬੱਚਾ ਉੱਥੇ ਜਾਂਦਾ ਹਕੀਕਤ ਜਿਹੜੀ ਜ਼ਮੀਨੀ ਹਕੀਕਤ ਨਾਲ ਵਿਚਰਦਾ, ਉਦੋਂ ਬੱਚਾ ਲੱਗਦਾ ਕਿ ਮੈਂ ਤਾਂ ਠੱਗਿਆ ਗਿਆ। ਅੱਜ ਤੱਕ ਕਦੀ ਕਿਸੇ ਕੰਸਲਟੈਂਟ ਨੇ ਕਿਸੇ ਮੰਚ 'ਤੇ, ਕਿਸੇ ਕਾਉਂਸਲਿੰਗ ਦੇ ਵਿੱਚ, ਕਿਸੇ ਸੈਮੀਨਾਰ ਵਿੱਚ ਇਸ ਚੀਜ਼ ਬਾਰੇ ਨਹੀਂ ਚਾਨਣਾ ਪਾਇਆ ਵੀ ਸਿੰਗਾਪੁਰ ਵੀ ਇੱਕ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, UK ਹੋਰਨਾਂ ਕੰਟਰੀ ਵਾਂਗ ਅੱਛੀ ਸਟੱਡੀ ਡੈਸਟੀਨੇਸ਼ਨ ਹੈ। ਆਪਾਂ ਸਿਰਫ ਸਿੰਗਾਪੁਰ ਪਹੁੰਚਣ ਦੀ ਗੱਲ ਕਰਦੇ ਹਾਂ, ਜਾਂ ਸਿੰਗਾਪੁਰ ਤੋਂ ਅੱਗੇ ਆਸਟ੍ਰੇਲੀਆ, ਕੈਨੇਡਾ ਮਾਈਗ੍ਰੇਸ਼ਨ ਲੈਣ ਦੀ ਗੱਲ ਕਰਦੇ ਹਾਂ, ਕਦੀ ਕਿਸੇ ਕੰਸਲਟੈਂਟ ਨੇ ਜਾਂ ਕਦੀ ਕਿਸੇ ਬੱਚੇ ਨੇ ਆਪਣੇ ਦਿਮਾਗ 'ਚ ਇਹ ਸੋਚਿਆ ਵੀ ਮੈਂ ਸਿੰਗਾਪੁਰ ਜਾ ਕੇ ਵੀ ਪੱਕਾ ਹੋ ਸਕਦਾ? ਕਿਸੇ ਨੇ ਸੋਚਿਆ ਨਹੀਂ। ਜੇ ਕੈਨੇਡਾ, ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਪੜ੍ਹਾਈ ਤੋਂ ਬਾਅਦ PR ਦਿੰਦੇ ਨੇ, ਸਿੰਗਾਪੁਰ ਵੀ ਦਿੰਦਾ, ਸ਼ਾਇਦ ਇਸ ਗੱਲ ਦਾ ਬਹੁਤੇ ਕੰਸਲਟੈਂਟ ਨੂੰ ਵੀ ਨਾ ਪਤਾ ਹੋਵੇ। ਸਿੰਗਾਪੁਰ ਵਿੱਚ ਰੂਲ ਕਹਿੰਦਾ ਤੁਸੀਂ ਸਾਡੀ ਕੰਟਰੀ ਪੜ੍ਹਾਈ ਕਰੋ,
ਚਾਰ ਤੋਂ ਪੰਜ ਸਾਲ ਦਾ ਸਮਾਂ ਬਾਕੀ ਮੁਲਕਾਂ ਲੱਗਦਾ ਅਤੇ ਪੰਜ ਤੋਂ ਛੇ ਸਾਲ ਦਾ ਸਮਾਂ ਸਿੰਗਾਪੁਰ 'ਚ ਵੀ ਲੱਗਦਾ। ਲੋੜ ਹੈ ਇੱਕ ਚੰਗੇ ਕਾਲਜ ਨੂੰ ਚੂਜ਼ ਕਰਨ ਦੀ, ਲੋੜ ਹੈ ਇੱਕ ਚੰਗੀ ਯੂਨੀਵਰਸਿਟੀ ਨੂੰ ਚੂਜ਼ ਕਰਨ ਦੀ। ਜਦੋਂ ਅਸੀਂ 2.5 ਲੱਖ ਰੁਪਏ ਦਾ ਪੈਕੇਜ ਲੈ ਕੇ ਸਿੰਗਾਪੁਰ ਜਾਵਾਂਗੇ ਤਾਂ ਕਿਹੜੀਆਂ ਯੂਨੀਵਰਸਿਟੀਆਂ ਭਾਲਦੇ ਆਪਾਂ ਯਾਰ? ਫਿਰ ਆਪਾਂ ਨੂੰ ਤਿੰਨਾਂ ਕਮਰਿਆਂ ਦਾ ਕਾਲਜ ਹੀ ਮਿਲਣਾ ਜਿਹਦੀ ਫੀਸ ਲਗਭਗ $4,000-4,500 ਹੋਏਗੀ, ਉਹ 'ਚੋਂ ਵੀ ਘੱਟੋ ਘੱਟ 1 ਲੱਖ ਰੁਪਈਆ ਏਜੰਟ ਨੂੰ ਕਮਿਸ਼ਨ ਆ ਜਾਣਾ। ਸੋ ਜਦੋਂ ਵੀ ਸਿੰਗਾਪੁਰ ਜਾਣ ਦੀ ਗੱਲ ਆਉਂਦੀ ਹੈ ਦੋਸਤੋ, ਆਪਣੇ ਆਪ ਨੂੰ ਪਹਿਲਾਂ ਸਿਆਣਾ ਕਰੋ। ਮੈਂ ਅੱਗੇ ਵੀ ਕਈ ਮੰਚ 'ਤੇ ਬੋਲਿਆ, ਫੋਨ ਨੂੰ ਅਪਡੇਟ ਕਰਨਾ ਪੈਂਦਾ, ਮੋਬਾਈਲ ਨੂੰ ਅਪਡੇਟ ਕਰਨਾ ਪੈਂਦਾ, ਲੈਪਟੋਪ ਨੂੰ ਅਪਡੇਟ ਕਰਨਾ ਪੈਂਦਾ, ਕਿਤੇ ਵਾਇਰਸ ਨਾ ਆ ਜਾਏ। ਆਪਣੇ ਆਪ ਨੂੰ ਅਪਡੇਟ ਕਰਨਾ ਜ਼ਰੂਰੀ ਹੈ ਕਿਉਂਕਿ ਤੁਹਾਨੂੰ ਵੀ ਅਪਡੇਟ ਹੋਵੋਗੇ ਤਾਂ ਅੱਜ ਦੀ ਠੱਗੀਆਂ ਦੇ ਦੌਰ 'ਚੋਂ ਬਚ ਸਕਦੇ ਹੋ। ਸਿੰਗਾਪੁਰ ਪੜ੍ਹਨ ਜਾਣਾ ਪਹਿਲਾਂ ਆਪਣੇ ਆਪ ਨੂੰ ਸ਼ੀਸ਼ੇ ਮੂਹਰੇ ਖੜ੍ਹ ਕੇ ਪੁੱਛ ਲਓ ਕਿ ਵਾਕਿਆ ਮੇਰਾ ਮਕਸਦ, ਮੇਰਾ ਮੋਟਿਵ ਪੜ੍ਹਾਈ ਕਰਨਾ ਕਿ ਸਿਰਫ ਪਹੁੰਚਣਾ। ਅੱਜ ਉਹ ਬੱਚੇ, ਮੈਂ ਦਾਅਵਾ ਕਰਦਾ ਮੇਰੀ ਗੱਲ ਰਿਕਾਰਡ ਕਰ ਲਿਓ ਮੋਬਾਈਲ 'ਚ, ਝੂਠੀ ਪਾਈ ਤਾਂ ਅੱਗੇ ਫੜ ਲਿਓ, ਜਿਹੜਾ ਬੱਚਾ ਉਹ ਸ਼ੇਰੀਆ ਨਹੀਂ ਜਾ ਸਕਦਾ, ਨੰਬਰ ਥੋੜ੍ਹੇ ਆ ਜਾਂ ਪੜ੍ਹਾਈ 'ਚ 2 ਸਾਲ ਦਾ ਗੈਪ ਪੈ ਗਿਆ। ਪਿਛਲੇ ਸ਼ੋਅ ਦੱਸਿਆ ਸੀ ਨਾ 2017-18 ਪਾਸ ਆਊਟ ਵਾਲਾ ਜਾ ਸਕਦਾ, ਤੁਸੀਂ 2015 ਪੜ੍ਹਿਓ, 2014 ਪੜ੍ਹਿਓ, ਉਹ ਸ਼ੇਰੀਆ ਨਹੀਂ ਜਾ ਸਕਦੇ, ਭਾਵੇਂ ਨੰਬਰ 90% ਲੈ ਲਓ, ਫਿਰ ਵੀ ਸ਼ੇਰੀਆ ਜਾਣ ਦਾ ਰਸਤਾ ਸਿੰਗਾਪੁਰ ਥਾਣੀ ਆ। ਨਿਊਜ਼ੀਲੈਂਡ ਜਾਣਾ ਚਾਹੁੰਦੇ ਹੋ, 6 ਮਹੀਨੇ ਪੁਰਾਣੇ ਫੰਡ ਨਹੀਂ ਹੈਗੇ, ਨਿਊਜ਼ੀਲੈਂਡ ਜਾਣ ਦਾ ਰਸਤਾ ਸਿੰਗਾਪੁਰ ਥਾਣੀ ਆ। ਕੈਨੇਡਾ ਪੜ੍ਹਨ ਜਾਣਾ ਚਾਹੁੰਦੇ ਹੋ, 6 ਬੈਂਡ ਨਹੀਂ ਹੈਗੇ ਜਾਂ ਨੰਬਰ 60% ਨਹੀਂ ਹੈਗੇ, ਕੈਨੇਡਾ ਜਾਣ ਦਾ ਰਸਤਾ ਵੀ ਸਿੰਗਾਪੁਰ ਥਾਣੀ। ਲੋੜ ਹੈ ਉਸ ਕਾਲਜ ਨੂੰ ਚੂਜ਼ ਕਰਨ ਦੀ ਜਿਹੜਾ ਪਾਥਵੇ ਦਾ ਰਸਤਾ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ 'ਚ ਤੁਹਾਡੇ ਵਰਗੇ ਬੱਚਿਆਂ ਲਈ ਖੋਲ੍ਹਦਾ। ਪਰ ਜੇ ਅਸੀਂ 3 ਕਮਰਿਆਂ ਦੇ ਕਾਲਜ 'ਚ ਜਾਵਾਂਗੇ ਜਿਹਦੀ ਫੀਸ $4,000 ਆ, 2.5 ਲੱਖ ਤੱਕ ਖਰਚ ਕੇ ਆਪਾਂ ਸਿੰਗਾਪੁਰ ਪਹੁੰਚਾਂਗੇ, ਫਿਰ ਕੋਈ ਮਾਈਗ੍ਰੇਸ਼ਨ ਨਹੀਂ ਮਿਲਦੀ। ਯੈਸ, ਮਾਈਗ੍ਰੇਸ਼ਨ 100 ਛੱਡ ਕੇ 200% ਮਿਲਦੀ ਹੈ, ਬਟ ਉਹਨਾਂ ਯੂਨੀਵਰਸਿਟੀ ਦੇ ਵਿੱਚ, ਉਹਨਾਂ ਪੋਲੀਟੈਕਨਿਕ ਕਾਲਜਸ ਦੇ ਵਿੱਚ, ਉਹਨਾਂ ਗਵਰਮੈਂਟ ਫੰਡਡ ਜਾਂ 4-ਈਅਰ ਐਡੂਟਰਸ ਕਾਲਜਸ ਦੇ ਵਿੱਚ ਜਿਨ੍ਹਾਂ ਦਾ ਅਲੱਗ ਅਲੱਗ ਯੂਨੀਵਰਸਿਟੀ ਨਾਲ ਟਾਈ ਅਪਸ ਹੈ। ਅੱਜ ਮੈਂ ਪੜ੍ਹਾਈ ਤੋਂ ਬਾਅਦ ਵਰਕ ਪਰਮਿਟ ਦੀ ਗੱਲ ਵੀ ਕਰਦਾ। ਕੁੜੀ ਕਮਲਜੀਤ ਕੌਰ ਦਾ ਨੰਬਰ, ਫੇਸਬੁੱਕ ਆਈ ਡੀ, ਉਹਦੇ ਮੰਮੀ ਦਾ ਨੰਬਰ ਆ ਕੇ ਸਾਡੇ ਕੋਲ ਲੈ ਜਿਓ। ਲੜਕੀ ਸਾਡੇ ਕੋਲ ਪੜ੍ਹਨ ਗਈ, 2 ਸਾਲ ਪੜ੍ਹਾਈ ਕੀਤੀ ਸਿੰਗਾਪੁਰ 'ਚੋਂ ਨੇ, ਪਹਿਲੇ ਸਾਲ ਡਿਪਲੋਮਾ ਕੀਤਾ, ਅਗਲੇ ਸਾਲ ਐਡਵਾਂਸ ਡਿਪਲੋਮਾ ਕੀਤਾ। ਅੱਜ ਉਹ 5-star ਹੋਟਲ ਦੇ ਵਿੱਚ $2,900 ਸੈਲਰੀ ਲੈ ਰਹੀ ਹੈ ਇਸ ਪਾਸ 'ਤੇ। $2,900 ਨੂੰ ਗੁਣਾ ਕਰੀਏ, 50 ਰੇਟ ਚੱਲਦਾ, ਲਗਭਗ 1,45,000 ਬਣਦਾ। ਜਿਹੜਾ ਬੱਚਾ ਕਹਿੰਦਾ ਸਿੰਗਾਪੁਰ 'ਚ ਕੰਮ ਨਹੀਂ ਮਿਲਦਾ, ਵਾਪਸ ਬੱਚਾ ਆ ਜਾਂਦਾ, ਆ ਜਾਓ ਇਹੋ ਜਿਹੇ ਕਮਲਜੀਤ ਕੌਰ ਵਰਗੇ ਹੋਰ 10 ਕੁੜੀਆਂ ਮੁੰਡਿਆਂ ਨੰਬਰ ਦੇ ਦਾਂਗਾ ਜਿਹੜੇ ਸਿੰਗਾਪੁਰ 'ਚ ਪੜ੍ਹ ਕੇ ਵਰਕ ਪਰਮਿਟ 'ਤੇ ਬੈਠੇ ਆ। ਬਟ ਆਪਣਾ ਪਹਿਲਾਂ ਦਿਮਾਗ ਸੈੱਟ ਕਰਨ ਦੀ ਲੋੜ ਆ। ਮੇਰੀ ਗੱਲਾਂ ਬਹੁਤ ਇਹਨੂੰ ਪਸੰਦ ਨਹੀਂ ਹੋਣੀਆਂ, ਸ਼ਾਇਦ ਕੌੜੀਆਂ ਵੀ ਲੱਗਣ, ਕਿਉਂਕਿ ਉਹ ਕਹਿੰਦੇ ਨਾ ਕਿ ਔਲੇ ਦਾ ਖਾਧਾ ਅਤੇ ਸਿਆਣੇ ਦਾ ਕਿਹਾ, ਬਾਅਦ 'ਚ ਪਤਾ ਲੱਗਦਾ। ਮੈਂ ਸਿਆਣਾ ਨਹੀਂ ਗਾ, ਬਟ ਗੱਲਾਂ ਇੰਨੀਆਂ ਕੁ ਸਿਆਣੀਆਂ ਜ਼ਰੂਰ ਕਰ ਦੇਣਾ ਜੋ ਤੁਹਾਡੇ ਕੰਮ ਆ ਸਕਦੀਆਂ। ਸੋ ਸਿੰਗਾਪੁਰ ਜਦੋਂ ਪੜ੍ਹਨ ਜਾਣਾ, ਕਿਸੇ ਪੈਕੇਜ ਦੀ ਗੱਲ ਕਰਦੇ ਹੋ, ਪੁੱਛੋ ਭਾਈ ਸਾਹਿਬ ਪੈਕੇਜ 'ਚ ਕੀ ਇਨਕਲੂਡ ਹੈ, ਕਾਲਜ ਦੀ ਫੀਸ ਕਿੰਨੀ ਹੈ, ਕਾਲਜ ਦਾ ਨਾਮ ਕੀ ਹੈ, ਕਾਲਜ ਦਾ 10 ਸਾਲ ਦਾ ਪਿਛਲਾ ਟਰੈਕ ਰਿਕਾਰਡ ਕੀ ਹੈ, ਉਸ ਕਾਲਜ ਦਾ ਕਿਹੜੇ ਕੰਟਰੀ ਦੀ ਕਿਹੜੀ ਯੂਨੀਵਰਸਿਟੀ ਨਾਲ ਕਿਹੜਾ ਟਾਈ ਅਪ ਹੈ, ਤਾਂ ਕਿ ਮੈਂ ਪਾਥਵੇ ਦੇ ਰਾਹੀਂ ਅਗਲੇ ਸਾਲ ਕੈਨੇਡਾ ਜਾਂ ਆਸਟ੍ਰੇਲੀਆ ਮਾਈਗ੍ਰੇਟ ਕਰ ਸਕਦਾ। ਉਦੋਂ ਸਾਰਾ ਕੁਝ ਕਲੀਅਰ ਹੋ ਜਾਣਾ, ਕਿਉਂਕਿ ਚੋਰ ਦੇ ਪੈਰ ਨਹੀਂ ਹੁੰਦੇ, ਉਦੋਂ ਪਤਾ ਲੱਗਣਾ ਕਿ ਉਸ ਏਜੰਟ ਦੇ ਪੱਲੇ ਕੀ ਹੈ। ਸੋ ਸਿੰਗਾਪੁਰ ਮੈਂ ਵੀ ਪੈਕੇਜ ਕਰਦਾ, ਮੈਂ ਵੀ ਬੱਚੇ ਨੂੰ ਪੂਰਾ ਪੈਕੇਜ ਬਣਾ ਕੇ ਵੇਚਦਾ, ਕਿਉਂਕਿ ਸਿੰਗਾਪੁਰ 'ਚ ਫੀਸ ਜਾਂਦੀ ਵੀਜ਼ਾ ਲੱਗਣ ਤੋਂ ਬਾਅਦ ਅਤੇ ਟੋਟਲ ਪੈਕੇਜ ਹੀ ਬਣ ਗਿਆ ਨਾ। ਹੁਣ ਜੇ ਤੁਹਾਡੀ ਫੀਸ $8,000 ਹੈ, ਲਗਭਗ $4,00,000 ਬਣਦੀ ਹੈ, ਤਾਂ ਮੈਂ ਕਹੂੰਗਾ ਭਾਈ ਸਾਹਿਬ $4,00,000 ਦਾ ਪੈਕੇਜ ਆ। ਜੇ ਫੀਸ $6,000, ਮੈਂ ਕਹੂੰਗਾ ਜੀ $3,00,000 ਦਾ ਪੈਕੇਜ ਆ। ਸੋ ਚੈੱਕ ਕਰੋ ਕਿ ਜੇ ਪੈਕੇਜ ਕਰ ਰਹੇ ਹੋ ਵਿੱਚ ਫੀਸ ਕਿੰਨੀ ਜਾ ਰਹੀ ਹੈ। ਮੋਰ ਓਵਰ ਜਿਹੜੇ ਕਾਲਜ ਪੜ੍ਹਨ ਜਾ ਰਹੇ ਹੋ, ਉਹਦੀ ਮਾਈਗ੍ਰੇਸ਼ਨ ਕਿਵੇਂ ਲਈ ਜਾ ਸਕਦੀ ਹੈ? ਘੱਟੋ ਘੱਟ 100 ਬੱਚਿਆਂ ਨੰਬਰ ਦੇ ਦੂੰਗਾ ਜਿਹੜੇ ਬੱਚੇ ਅੱਜ ਸਿੰਗਾਪੁਰ ਤੋਂ ਕੈਨੇਡਾ ਆਸਟ੍ਰੇਲੀਆ ਮਾਈਗ੍ਰੇਟ ਹੋਏ ਆ। ਹਾਂ, ਮੈਂ ਵੀ ਕਹਿੰਦਾ ਮੇਰੇ ਬੱਚੇ ਸਾਰੇ ਮਾਈਗ੍ਰੇਟ ਨਹੀਂ ਹੋਏ, ਕਿਉਂਕਿ ਜੇ ਇੱਕ ਕਲਾਸ ਵਿੱਚ 50 ਬੱਚੇ ਪੜ੍ਹ ਰਹੇ ਆ ਤਾਂ 50 ਦੇ 50 ਬੱਚੇ ਫਸਟ ਨਹੀਂ ਆਉਂਦੇ, ਫਸਟ 1 ਜਾਂ 2 ਹੀ ਆ ਸਕਦੇ ਆ। ਬਾਕੀ ਬੱਚੇ ਵਿੱਚ ਫੇਲ ਵੀ ਹੁੰਦੇ ਨੇ, ਕੋਈ ਬੱਚੇ ਵਿੱਚ 50-60% ਵਾਲੇ ਵੀ ਹੁੰਦੇ ਨੇ, ਬਟ ਗਲਤੀ ਉਸ ਟੀਚਰ ਦੀ ਨਹੀਂ ਜਿਹਨੇ ਪੜ੍ਹਾਇਆ, ਗਲਤੀ ਤੁਹਾਡੀ ਹੈ ਕਿ ਮਿਹਨਤ ਕਿੰਨੀ ਕੀਤੀ। ਸੋ ਤੁਸੀਂ ਅਗਰ ਸਿੰਗਾਪੁਰ ਪੜ੍ਹਨ ਜਾਣਾ ਚਾਹੁੰਦੇ ਹੋ, ਚੰਗੇ ਕਾਲਜ ਨੂੰ ਚੂਜ਼ ਕਰੋ, ਚੰਗੇ ਕੋਰਸ ਨੂੰ ਚੂਜ਼ ਕਰੋ, ਚੰਗੇ ਕੰਸਲਟੈਂਟ ਨੂੰ ਚੂਜ਼ ਕਰੋ ਜੋ ਤੁਹਾਨੂੰ ਅਗਲੇ ਸਾਲ ਮਾਈਗ੍ਰੇਸ਼ਨ ਦਵਾ ਸਕੇ। ਦੂਜਾ ਰਸਤਾ, ਜ਼ਰੂਰੀ ਨਹੀਂ ਸਿਰਫ ਮਾਈਗ੍ਰੇਸ਼ਨ ਹੀ ਰਸਤਾ, ਮਾਈਗ੍ਰੇਸ਼ਨ ਤੋਂ ਇਲਾਵਾ ਜੇ ਸਿੰਗਾਪੁਰ 'ਚ ਪੜ੍ਹਾਈ ਪੂਰੀ ਕਰਦੇ ਹੋ, ਉੱਥੇ 5 ਸਾਲ ਰਹਿ ਕੇ ਆਪਣੀ PR ਵੀ ਅਪਲਾਈ ਕੀਤੀ ਜਾ ਸਕਦੀ ਹੈ। ਪੂਰੇ ਪੁਆਇੰਟ ਬੇਸ ਸਿਸਟਮ ਦਾ ਬਿਊਰਾ ਮੇਰੇ ਕੋਲ ਪਿਆ, ਆ ਕੇ ਵੇਖ ਲਓ PR ਕਿਵੇਂ ਲਈ ਜਾ ਸਕਦੀ ਹੈ। ਤੀਜਾ ਰਸਤਾ, ਪੜ੍ਹਾਈ ਤੋਂ ਬਾਅਦ ਜੇ 2 ਸਾਲ ਦਾ ਉੱਥੇ ਡਿਪਲੋਮਾ ਜਾਂ ਐਡਵਾਂਸ ਡਿਪਲੋਮਾ ਪੂਰਾ ਕਰ ਲੈਂਦੇ ਹੋ, ਜੇ ਇੰਡੀਆ 'ਚ ਤੁਸੀਂ ਗ੍ਰੈਜੂਏਸ਼ਨ ਕੀਤੀ ਹੈ, ਪੋਸਟ ਗ੍ਰੈਜੂਏਸ਼ਨ ਡਿਪਲੋਮੇ ਲਈ ਜਾ ਰਹੇ ਹੋ ਜਾਂ ਫਿਰ ਐਡਵਾਂਸ ਡਿਪਲੋਮੇ ਲਈ ਜਾ ਰਹੇ ਹੋ, ਉਸ ਤੋਂ ਬਾਅਦ 2 ਸਾਲ ਦੇ ਐਸ ਪਾਸ ਜਾਂ ਈ ਪਾਸ ਜਿਹਨੂੰ ਆਪਾਂ ਇੰਪਲੋਇਮੈਂਟ ਪਾਸ ਕਹਿੰਦੇ ਹਾਂ, ਉਹਦੇ ਲਈ ਵੀ ਐਲੀਜੀਬਲ ਹੋ। ਸੋ ਪੜ੍ਹਾਈ ਕਰਕੇ ਉੱਥੇ 2 ਤੋਂ 3 ਸਾਲ ਦਾ ਵਰਕ ਪਰਮਿਟ ਲਿਆ ਜਾ ਸਕਦਾ। 5-star ਹੋਟਲ ਦਾ ਐਕਸਪੀਰੀਅੰਸ ਸਿੰਗਾਪੁਰ 'ਚ 2 ਤੋਂ 3 ਸਾਲ ਦਾ ਲੈ ਲਿਆ, ਸਿੱਧਾ ਸਿੱਧਾ ਤੁਹਾਡਾ ਪੁਲ ਖੜ੍ਹਾ ਹੋ ਗਿਆ, ਬ੍ਰਿਜ ਖੜ੍ਹਾ ਹੋ ਗਿਆ ਅਮੈਰੀਕਾ ਕੈਨੇਡਾ 'ਚ ਵਰਕ ਪਰਮਿਟ 'ਤੇ ਜਾਣ ਲਈ। ਕਿਉਂਕਿ ਅੱਜ ਸਿੰਗਾਪੁਰ, ਦੁਬਈ ਜਾਂ ਮੈਂ ਇਹਨਾਂ ਕੰਟਰੀਜ਼ ਦੀ ਗੱਲ ਕਰਾਂ ਤਾਂ ਇਹ ਟੂਰਿਸਟ ਹੱਬ ਗਿਣੇ ਜਾਂਦੇ ਨੇ। ਇਹਨਾਂ ਕੰਟਰੀ 'ਚ ਜੇ ਤੁਹਾਡੇ ਕੋਲ ਕਿਸੇ ਅੱਛੇ ਹੋਟਲ ਦਾ 2-3 ਸਾਲ ਦਾ ਤਜਰਬਾ ਹੈ ਦੋਸਤੋ, ਉਹ ਤੁਹਾਨੂੰ ਸਿੱਧਾ ਆਸਟ੍ਰੇਲੀਆ 'ਚ PR ਲੈ ਕੇ ਜਾਣ ਲਈ, ਕੈਨੇਡਾ 'ਚ ਵਰਕ ਪਰਮਿਟ 'ਤੇ ਜਾਣ ਲਈ, ਔਰ US 'ਚ H1 ਵੀਜ਼ਾ 'ਤੇ ਜਾਣ ਲਈ ਹੈਲਪ
ਉਹਨਾਂ ਨੂੰ ਸਾਨੂੰ ਉਹਨੇ ਕੰਟੈਕਟ ਨੰਬਰ ਤੱਕ ਲੈ ਜਾ ਸਕਦੇ ਆ। ਪੰਜਾਬ ਵਿੱਚ ਚੱਲਣ ਹੈ ਕਿ ਸਿੰਗਾਪੁਰ ਸਿਰਫ ਪਹੁੰਚ ਕੀਤੀ ਜਾਂਦੀ ਹੈ। ਅੱਜ ਸਾਊਥ ਇੰਡੀਅਨ ਬੱਚੇ ਨਾਲ ਗੱਲ ਕਰੋ ਜਾ ਕੇ, ਕਿਸੇ ਗੁਜਰਾਤ ਵਾਲੇ ਬੱਚੇ ਨਾਲ ਗੱਲ ਕਰੋ, ਦਿੱਲੀ ਬੰਬਈ ਵਾਲੇ ਬੱਚੇ ਨਾਲ ਗੱਲ ਕਰੋ ਜਾ ਕੇ, ਉਹਦਾ ਮਕਸਦ ਸਿੰਗਾਪੁਰ ਜਾ ਕੇ ਡਿਗਰੀ ਪੂਰਾ ਕਰਨਾ, ਕਿਉਂਕਿ ਸਿੰਗਾਪੁਰ 'ਚ ਪੜ੍ਹਾਈ ਬਾਕੀ ਕੰਟਰੀਜ਼ ਦੇ ਮੁਕਾਬਲੇ ਸਸਤੀ ਹੈ ਐਂਡ ਚੀਪ ਪੈਂਦੀ ਹੈ। ਉਹ ਬੱਚੇ ਆਪਣੀ ਡਿਗਰੀ ਕਰਦੇ ਆ, ਮਾਸਟਰਸ ਕੀਤੀ, ਬੈਚਲਰ ਕੀਤੀ, ਬਾਅਦ 'ਚ ਉੱਥੇ ਆਪਣਾ ਬਿਜ਼ਨਸ ਖੋਲ੍ਹ ਕੇ, ਆਪਣਾ ਰੈਸਟੋਰੈਂਟ ਖੋਲ੍ਹ ਕੇ ਜਾਂ ਜੋਬ ਲੈ ਕੇ ਉੱਥੇ PR ਅਪਲਾਈ ਕਰਦੇ ਆ। ਪੰਜਾਬ ਦੇ ਬੱਚੇ ਵੀ ਇਹੋ ਜਿਹੇ ਕਰ ਸਕਦੇ ਆ, ਬਟ ਲੋੜ ਹੈ ਆਪਣਾ ਪਹਿਲਾਂ ਫੋਕਸ ਕਲੀਅਰ ਕਰਨ ਦੀ। ਉਹ ਫੋਕਸ ਕਲੀਅਰ ਕੌਣ ਕਰੇਗਾ? ਤੁਹਾਡਾ ਆਪਣਾ ਕੰਸਲਟੈਂਟ। ਸੋ ਸਭ ਤੋਂ ਪਹਿਲਾਂ ਚੰਗਾ ਕੰਸਲਟੈਂਟ ਦੀ ਚੋਣ ਕਰੋ ਜੋ ਤੁਹਾਨੂੰ ਕਿ ਸਿੰਗਾਪੁਰ 'ਚ ਪਹੁੰਚ ਕੇ ਵੀ ਚੰਗਾ ਭਵਿੱਖ, ਚੰਗਾ ਫਿਊਚਰ ਦੇ ਸਕੇ। ਜੀ, ਸੋ ਬਿਲਕੁਲ ਕਮੀਆਂ ਨੇ, ਰਿਸਰਚ ਦੇ ਵਿੱਚ ਕਮੀਆਂ ਨੇ, ਕਾਉਂਸਲਿੰਗ ਦੇ ਵਿੱਚ ਕਮੀਆਂ ਨੇ, ਗਲਤ ਰਸਤੇ 'ਤੇ ਬੱਚਿਆਂ ਨੂੰ ਪਾਇਆ ਜਾਂਦਾ। ਗੱਲ ਪੈਕੇਜ ਤੋਂ ਸ਼ੁਰੂ ਕਰਕੇ ਪੈਸੇ ਜਿਹੜੇ ਲਾ ਕੇ ਗਏ ਆ ਉਹ ਪਹਿਲੇ ਸਾਲ 'ਚ ਪੂਰੇ ਕਰਨ 'ਤੇ ਆ ਕੇ ਮੁੱਕ ਜਾਂਦੀ ਵੀ ਹਜੇ ਪਹਿਲੇ ਸਾਲ 'ਚ ਪੈਸੇ ਪੂਰੇ ਕਰ ਲਓਗੇ ਤੁਸੀਂ, ਉਸ ਤੋਂ ਬਾਅਦ ਤੁਸੀਂ ਐਸ ਪਾਸ ਲੈ ਲਓਗੇ, ਮਾਈਗ੍ਰੇਟ ਹੋ ਜਾਓਗੇ। ਬੜੇ ਸੌਖੇ ਤਰੀਕੇ ਦੇ ਨਾਲ ਉਹ ਚੀਜ਼ਾਂ ਦੱਸੀਆਂ ਜਾਂਦੀਆਂ ਨੇ, ਪਰ ਮਿਲਦੀਆਂ ਕਿਵੇਂ ਨੇ ਇਹ ਉਹ ਬੱਚਿਆਂ ਨੂੰ ਪਤਾ ਜਿਹੜੇ ਉੱਥੇ ਜਾ ਕੇ ਸੰਘਰਸ਼ ਕਰਦੇ ਨੇ, ਜਾਂ ਕੰਸਲਟੈਂਟਸ ਨੂੰ ਪਤਾ ਨੇ ਜਿਨ੍ਹਾਂ ਦੇ ਕੋਲੋਂ ਬੱਚੇ ਆਉਂਦੇ ਨੇ ਜਦੋਂ ਐਕਸਪੀਰੀਅੰਸ ਲੈ ਕੇ ਆਪਣਾ ਉਹ ਸਾਰਾ, ਅਤੇ ਫਿਰ ਕਿਵੇਂ ਉਹ ਚੀਜ਼ਾਂ ਨੂੰ ਦੁਬਾਰਾ ਤੋਂ ਪ੍ਰੈਜੈਂਟ ਕਰਕੇ ਜਿਹੜਾ ਉਹਨਾਂ ਨੂੰ ਚੰਗੇ ਰਸਤੇ ਪਾਇਆ ਜਾਵੇ ਨਾ। ਸੋ ਪਹਿਲਾਂ ਹੀ ਇੱਕ ਚੰਗੇ ਕੰਸਲਟੈਂਟ ਦੇ ਕੋਲ ਜਾਓ। RS ਗਲੋਬਲ ਤੋਂ ਸੁਖਚੈਨ ਸਿੰਘ ਰਾਹੀ ਮੇਰੇ ਨਾਲ ਨੇ। 9777777877 ਇਹ ਨੰਬਰ ਫਲੈਸ਼ ਵੀ ਕੀਤਾ ਜਾ ਰਿਹਾ, ਕਿਸੇ ਵੀ ਵੇਲੇ ਕਾਲ ਕਰ ਸਕਦੇ ਹੋ, ਗੱਲਬਾਤ ਕਰ ਸਕਦੇ ਹੋ। ਹਰ ਤਰ੍ਹਾਂ ਦਾ ਸਵਾਲ, ਚਾਹੇ ਉਹ ਸਟੂਡੈਂਟ ਵੀਜ਼ਾ ਦੇ ਬਾਰੇ ਹੈ ਜਾਂ ਵਰਕ ਪਰਮਿਟ ਦੇ ਬਾਰੇ ਵੀ ਕੋਈ ਇਨਫੋਰਮੇਸ਼ਨ ਲੈਣੀ ਚਾਹੁੰਦੇ ਹੋ ਤਾਂ ਵੀ ਇਸ ਨੰਬਰ ਦੇ ਉੱਤੇ ਕਾਲ ਕੀਤੀ ਜਾ ਸਕਦੀ ਹੈ। ਸੋ ਦੁਬਈ ਜਿਹੜਾ ਦੂਜਾ ਟੋਪਿਕ ਸੀ ਨਾ, ਕਾਫੀ ਸਮੇਂ ਤੋਂ ਪ੍ਰਮੋਟ ਕਰ ਰਹੇ, ਮੇਰੇ ਖਿਆਲ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਇਕਲੌਤੇ ਕੰਸਲਟੈਂਟ ਹੋਵੋਗੇ ਜਿਹੜੇ ਦੁਬਈ ਪ੍ਰਮੋਟ ਵੀ ਕਰ ਰਹੇ ਹੋ, ਬਹੁਤ ਸਾਰੇ ਬੱਚੇ ਭੇਜ ਵੀ ਚੁੱਕੇ ਹੋ ਨਾ। ਗਿਣਤੀ ਦੀ ਜੇਕਰ ਗੱਲ ਕਰਾਂ ਤਾਂ ਕਿੰਨੇ ਕੁ ਬੱਚੇ ਦੁਬਈ ਭੇਜ ਚੁੱਕੇ ਹੋ ਤੁਸੀਂ? ਸਿਰਫ ਪੰਜਾਬ ਹੀ ਨਹੀਂ ਭਾਜੀ, ਪੂਰੇ ਨੌਰਥ ਇੰਡੀਆ ਦੇ ਵਿੱਚ ਸਿਰਫ ਅਤੇ ਸਿਰਫ RS ਗਲੋਬਲ ਇਮੀਗ੍ਰੇਸ਼ਨ ਐਕਸਕਲੂਸਿਵ ਪਾਰਟਨਰ ਹੈ ICC ਕਾਲਜ ਦਾ। ਗਿਣਤੀ ਦੀ ਗੱਲ ਕਰਾਂ ਤਾਂ ਤਕਰੀਬਨ 770 ਤੋਂ ਉੱਪਰ ਬੱਚੇ, ਮੈਂ ਆਹ ਬੈਚ ਵਿੱਚ 11 ਬੱਚੇ ਹੋਰ ਜੋੜ ਲਈਏ ਤਾਂ ਲਗਭਗ 781 ਬੱਚੇ ਹੋ ਚੁੱਕੇ ਨੇ। ਸੋ 800 ਦੇ ਤਕਰੀਬਨ ਬੱਚਾ ਸਾਡੇ ਕੋਲ ਹੁਣ ਤੱਕ ਜਾ ਕੇ ਦੁਬਈ ਵਿੱਚ ਇੱਕ ਚੰਗੇ ਲੈਵਲ ਦਾ ਸ਼ੈਫ ਬਣ ਚੁੱਕਾ। ਤੁਸੀਂ ਪਹਿਲਾਂ ਸ਼ੁਰੂਆਤ ਕੀਤੀ ਸੀ ਵਰਕ ਪਰਮਿਟ ਬਾਰੇ ਗੱਲ ਕੀਤੀ, ਸੋ ਉਹਦੇ ਬਾਰੇ ਗੱਲ ਜੂ ਕਰਾਂਗਾ। ਜਦੋਂ ਸ਼ੋਅ ਚੱਲਦਾ ਤਾਂ ਵਿਚਾਰੇ ਥਾਰੇ ਲੋਕ ਨਾ ਕੀ ਕਰਦੇ, ਫਟਾਫਟ ਕਾਲ ਕਰਕੇ ਵਰਕ ਪਰਮਿਟ ਦੀ ਕਾਲ ਕਰ ਦਿੰਦੇ ਆ। ਸੋ ਕਰੋ ਜਮ ਕਰੋ ਕਾਲ ਵਰਕ ਪਰਮਿਟ ਦੀ, ਕੋਈ ਦਿੱਕਤ ਨਹੀਂ, ਹਰ ਸਵਾਲ ਦਾ ਜਵਾਬ ਦੇਣ ਲਈ ਬੈਠੇ ਆ। ਬਟ ਵਰਕ ਪਰਮਿਟ 'ਤੇ ਜਾਣ ਲਈ ਪਹਿਲਾਂ ਆਪਣੇ ਆਪ ਨੂੰ ਕਾਬਲ ਬਣਾਓ। ਅੱਜ ਸਾਰੀਆਂ ਕੰਟਰੀ 'ਚ ਵਰਕ ਪਰਮਿਟ ਹੁੰਦਾ, ਬਟ ਲੀਗਲ ਤਰੀਕੇ ਜਾਣ ਲਈ ਪਹਿਲਾਂ ਤੁਹਾਡੇ 'ਚ ਕਾਬਲੀਅਤ ਸਕਿੱਲ ਹੋਣੀ ਜ਼ਰੂਰੀ ਹੈ। ਅੱਜ ਅਖਬਾਰ 'ਚ ਐਡ ਲੱਗਦੀ ਆ ਆਸਟ੍ਰੇਲੀਆ, ਕੈਨੇਡਾ, ਨਿਊਜ਼ੀਲੈਂਡ ਵਰਕ ਪਰਮਿਟ 'ਤੇ ਜਾਏ, ਪੈਸੇ ਤਨਖਾਹ ਸੇ ਕਟਵਾਏ, ਫੂਡ ਪੈਕਿੰਗ ਮੇਂ ਹੈਲਪਰ ਕੀ ਲੋੜ, ਕਿ ਉੱਥੇ ਬੰਦੇ ਹੈ ਨਹੀਂ ਜਿਹੜੇ ਉਹਨਾਂ ਨੂੰ ਫੂਡ ਪੈਕਿੰਗ ਜਾਂ ਹੈਲਪ ਕਰ ਸਕਦੇ ਆ? ਪੰਜਾਬ 'ਚ ਕਿਹੜਾ ਬੰਦੇ ਦੀ ਖਾਸ ਸੀ ਤਾਂ ਜਿਹੜਾ ਹੈਲਪਰ ਦੀ ਲੋੜ ਆ ਜਾਂ ਫੂਡ ਪੈਕਿੰਗ ਵਾਲੇ ਬੰਦੇ ਲੋੜ ਆ? ਹਾਂ, ਸਕਿੱਲ ਵਾਲਾ ਬੰਦਾ, ਕੋਈ IT ਪ੍ਰੋਫੈਸ਼ਨਲ ਹੈ, ਕੋਈ ਇੱਥੇ ਅਕਾਊਂਟੈਂਟ ਹੈ, ਕੋਈ ਇੱਥੇ ਅੱਛਾ ਇੰਜੀਨੀਅਰ ਹੈ, ਉਹਦੀ ਗੱਲ ਮੰਨੀਏ, ਜਿਹੜਾ ਸਕਿੱਲ ਟ੍ਰੇਡ ਵਾਲੇ ਨੇ, ITI ਕੀਤੀ, ਪਲੰਬਿੰਗ ਦੀ, ਇਲੈਕਟ੍ਰੀਸ਼ਨ ਦੀ, ਫਿਟਰ ਦੀ, ਉਹ ਤਾਂ ਮੰਨੀਏ। ਬਟ ਇੱਕ +2 ਪਾਸ, 10ਵੀਂ ਪਾਸ ਬੰਦਾ, ਨਾ IELTS ਕੀਤੀ, ਕੈਨੇਡਾ ਕਿਹੜਾ ਵਰਕ ਪਰਮਿਟ ਦਿੰਦਾ? ਇਹੋ ਜਿਹਾ ਵਰਕ ਪਰਮਿਟ ਕੈਨੇਡਾ ਖੋਲ੍ਹਦੇ ਤਾਂ 1.5 ਘੰਟੇ ਪੰਜਾਬ ਖਾਲੀ ਹੋ ਸਕਦਾ। ਇੰਨੇ ਕੁ ਬੰਦੇ ਕਾਹਲੇ ਨੇ ਜਿਹੜੇ ਦਸ ਦਾ 20 ਲੱਖ ਚੱਕੀ ਫਿਰਦੇ ਆ ਵਰਕ ਪਰਮਿਟ 'ਤੇ ਜਾਣ ਲਈ। ਸੋ ਆਪਣੇ ਪਹਿਲਾਂ ਸਿਆਣੇ ਕਰੋ ਦੋਸਤੋ, ਵਰਕ ਪਰਮਿਟ 'ਤੇ ਜਾਣਾ ਪਹਿਲਾਂ ਆਪਣੇ ਆਪ 'ਚ ਕਾਬਲੀਅਤ ਲੈ ਕੇ ਆਓ, ਔਰ ਉਹ ਕਾਬਲੀਅਤ ਤੁਹਾਨੂੰ ਦੁਬਈ ਦਾ ICC ਕਾਲਜ ਦਿੰਦਾ, ਤੁਹਾਡੇ 'ਚ 3 ਮਹੀਨੇ 'ਚ ਪ੍ਰੋਫੈਸ਼ਨਲ ਸ਼ੈਫ ਦਾ ਹੁਨਰ ਭਰ ਕੇ। ਮੈਂ ਅੱਗੇ ਵੀ ਕੰਪੇਅਰ ਕਰਕੇ ਦੱਸਿਆ ਸੀ ਸੌਖੇ ਤਰੀਕੇ ਨਾਲ ਵੀ ਇੱਕ ਕਾਰ ਦਾ ਜਾਂ ਟਰੱਕ ਦਾ ਡਰਾਈਵਰ ਹੈ ਅਤੇ ਇੱਕ ਜਹਾਜ਼ ਦਾ ਡਰਾਈਵਰ ਹੈ, ਉਹਨੂੰ ਆਪਾਂ ਪਾਇਲਟ ਕਹਿੰਦੇ ਹਾਂ। ਇੱਕ ਢਾਬੇ 'ਤੇ ਕੰਮ ਕਰਨ ਵਾਲਾ ਕੁੱਕ ਹੈ ਜਾਂ ਇੱਕ ਰੈਸਟੋਰੈਂਟ 'ਚ ਖਾਣਾ ਬਣਾਉਣ ਵਾਲਾ ਕੁੱਕ ਹੈ, ਪਰ ਇੱਕ 5-star ਰਿਜ਼ੋਰਟ ਦੇ ਵਿੱਚ ਜਾਂ ਏਅਰਲਾਈਨ ਦੇ ਵਿੱਚ ਖਾਣਾ ਪ੍ਰੋਵਾਈਡ ਕਰਨ ਵਾਲਾ ਸ਼ੈਫ ਹੈ। ਦੋਵਾਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਕੁੱਕ ਤਾਂ ਹਰ ਕੋਈ ਬਣ ਸਕਦਾ, ਸ਼ੈਫ ਹਰ ਕੋਈ ਨਹੀਂ ਬਣ ਸਕਦਾ। ਸੋ ਸ਼ੈਫ ਬਣਨਾ ਚਾਹੁੰਦੇ ਹੋ, ਪਿਛਲੇ ਲਗਭਗ 15 ਸਾਲਾਂ ਤੋਂ ਪੂਰੇ ਏਸ਼ੀਆ ਦੇ ਵਿੱਚ ਗਿਨੀਜ਼ ਵਰਲਡ ਬੁੱਕ ਰਿਕਾਰਡ 'ਚ ਨਾਮ ਦਰਜ ਕਰਾ ਚੁੱਕਿਆ ਕਾਲਜ, ਜੋ ਕੇਵਲ ਅਤੇ ਕੇਵਲ 5-star ਹੋਟਲ ਦੀ ਸ਼ੈਫ ਪ੍ਰੋਡਿਊਸ ਕਰ ਰਿਹਾ। ਅੱਜ ਦੁਬਈ 'ਚ 3 ਮਹੀਨੇ ਪੜ੍ਹਨਾ, ਸਿਰਫ ਆਪਣੀ ਜ਼ਿੰਦਗੀ ਦੇ 90 ਦਿਨ ਦੇ ਦਿਓ, ਕੇਵਲ 90 ਦਿਨ। 3 ਮਹੀਨੇ ਬਾਅਦ ਤੁਹਾਡੇ ਬੱਚੇ ਦੇ ਹੱਥ ਵਿੱਚ ਜਾਂ ਤੁਹਾਡੇ ਹੱਥ ਵਿੱਚ 5-star ਤੋਂ 7-star ਹੋਟਲ ਦੀ ਜੋਬ ਆਫਰ ਲੈਟਰ ਹੋਏਗੀ, ਜੋਬ ਆਫਰ ਲੈਟਰ, ਜਿਸ 'ਚ ਤੁਸੀਂ ਲਗਭਗ ਮਹੀਨੇ ਦਾ 25,000 ਰੁਪਏ ਤੋਂ ਲੈ ਕੇ 40-45,000 ਤੱਕ ਕਮਾ ਵੀ ਸਕਦੇ ਹੋ। ਤੁਹਾਡਾ 3 ਟਾਈਮ ਦਾ ਖਾਣਾ, ਤੁਹਾਡਾ ਰਹਿਣਾ ਸਹਿਣਾ, ਤੁਹਾਡਾ ਯੂਨੀਫਾਰਮ, ਮੈਡੀਕਲ ਇੰਸ਼ੋਰੈਂਸ, ਸਭ ਕੁਝ ਫ੍ਰੀ ਹੈ। ਜਦੋਂ ਕਾਲਜ ਜਾਣਾ, ਪਹਿਲੇ ਦਿਨ ਤੁਹਾਨੂੰ ਏਅਰਪੋਰਟ ਤੋਂ ਪਿਕਅਪ ਵੀ ਕਾਲਜ ਪ੍ਰੋਵਾਈਡ ਕਰਦਾ, ਕੁੜੀਆਂ ਹੋਣ ਮੁੰਡੇ ਹੋਣ, ਤੁਹਾਡੀ ਅਲੱਗ ਅਲੱਗ ਅਕੋਮੋਡੇਸ਼ਨ, ਹੋਸਟਲ ਵੀ ਪ੍ਰੋਵਾਈਡ ਕਰਦਾ, ਤੁਹਾਨੂੰ ਬ੍ਰੇਕਫਾਸਟ, ਲੰਚ, ਖਾਣ ਦਾ ਵੀ ਪ੍ਰਬੰਧ ਕਰਾ ਕੇ ਦਿੰਦਾ ਕਾਲਜ ਦੇ ਵਿੱਚ। ਉਹਦੇ ਨਾਲ ਤੁਹਾਡਾ ਮੈਡੀਕਲ, ਤੁਹਾਡੀ ਯੂਨੀਫਾਰਮ ਜੋ ਤੁਸੀਂ ਪਾਉਣੀ ਹੈ, ਤੁਹਾਡੀ ਇੰਸ਼ੋਰੈਂਸ, ਸਾਰਾ ਕੁਝ ਪ੍ਰੋਵਾਈਡ ਕਰਦਾ ਐਂਡ ਜੋਬ ਦੀ ਵੀ ਗਰੰਟੀ ਦਿੰਦਾ। ਮੈਂ ਕਈ ਵਾਰ ਕੰਪੇਅਰ ਵੀ ਕਰਕੇ ਦੱਸਿਆ, ਤੁਸੀਂ ਆਸਟ੍ਰੇਲੀਆ ਡਿਗਰੀ ਕਰਨ ਜਾਂਦੇ ਹੋ, 3 ਸਾਲ 'ਚ ਘੱਟੋ ਘੱਟ 50-60 ਲੱਖ ਖਰਚ ਆ ਜਾਂਦਾ। ਕਿਸੇ ਯੂਨੀਵਰਸਿਟੀ ਨੇ ਤੁਹਾਨੂੰ ਆਸਟ੍ਰੇਲੀਆ 'ਚ ਪੜ੍ਹਨ ਜਾਂਦੇ ਹੋ ਤਾਂ
ਕੋਈ ਨਹੀਂ ਲਵਾਉਂਦੀ ਯੂਨੀਵਰਸਿਟੀ, ਕੋਈ ਕਾਲਜ ਨਹੀਂ ਲਵਾਉਂਦਾ, ਬਟ ਇਹ ਕਾਲਜ ਜਿਹੜਾ ਤੈਨੂੰ ਪੜ੍ਹਾਈ ਕਰਾ ਰਿਹਾ, ਜੇ ਸ਼ੈਫ ਦੀ ਪੜ੍ਹਾਈ ਕਰਾ ਰਿਹਾ ਤਾਂ ਵਾਕਈ ਕਿਚਨ ਦੇ ਵਿੱਚ ਸ਼ੈਫ ਦੀ ਨਾਲ ਜੋਬ ਵੀ ਲਵਾ ਕੇ ਦੇ ਰਿਹਾ, ਐਂਡ 2 ਤੋਂ 3 ਸਾਲ ਦੇ ਤਜਰਬੇ ਬਾਅਦ ਤੁਸੀਂ ਆਸਟ੍ਰੇਲੀਆ 'ਚ ਪੀ ਆਰ ਅਪਲਾਈ ਕਰ ਸਕਦੇ ਹੋ, ਕਿਉਂਕਿ ਵਿਕਟੋਰੀਆ ਯੂਨੀਵਰਸਿਟੀ ਨਾਲ ਆਸਟ੍ਰੇਲੀਆ ਦੇ ਇਹਨਾਂ ਦੇ ਟਾਈ ਅਪਸ ਨੇ. ਉਸ ਤੋਂ ਬਾਅਦ ਤੁਸੀਂ ਸਿੱਧੀ ਆਪਣੀ ਟੀ ਆਰ ਅਸੈਸਮੈਂਟ ਪਾਸ ਕਰਾਉਣ ਤੋਂ ਬਾਅਦ 3 ਸਾਲ ਦਾ ਐਕਸਪੀਰੀਅੰਸ ਚਾਹੀਦਾ, ਆਇਲਟਸ ਚਾਹੀਦੀ ਹੈ, ਆਸਟ੍ਰੇਲੀਆ ਪੀ ਆਰ ਅਪਲਾਈ ਕੀਤੀ ਜਾ ਸਕਦੀ ਹੈ. 2 ਸਾਲ ਦੇ ਤਜਰਬੇ ਤੋਂ ਬਾਅਦ ਕੈਨੇਡਾ ਵਰਕ ਪਰਮਿਟ ਅਪਲਾਈ ਕੀਤਾ ਜਾ ਸਕਦਾ. ਸੋ ਜੇ 3 ਮਹੀਨੇ ਬਾਅਦ ਸਿੱਧਾ ਅਮਰੀਕਾ ਜਾਣਾ, 3 ਮਹੀਨੇ ਦੀ ਪੜ੍ਹਾਈ ਤੋਂ ਬਾਅਦ J1 ਵੀਜ਼ਾ ਦੇ ਉੱਤੇ ਤੁਸੀਂ 9 ਮਹੀਨੇ ਤੋਂ ਲੈ ਕੇ 12 ਮਹੀਨੇ ਦੀ ਇੰਟਰਨਸ਼ਿਪ ਲੈ ਕੇ ਵੀ ਅਮਰੀਕਾ ਜਾ ਸਕਦੇ ਹੋ. ਸੋ 3 ਮਹੀਨੇ ਅਮਰੀਕਾ ਦੁਬਈ 'ਚ ਪੜ੍ਹ ਕੇ ਸਿੱਧਾ ਅਮਰੀਕਾ 'ਚ ਟ੍ਰੇਨਿੰਗ ਲਈ ਜਾ ਸਕਦੀ ਹੈ. 2 ਤੋਂ 3 ਸਾਲ ਦੇ ਤਜਰਬੇ ਤੋਂ ਬਾਅਦ ਕੈਨੇਡਾ ਆਸਟ੍ਰੇਲੀਆ 'ਚ ਸੈਟਲ ਹੋਇਆ ਜਾ ਸਕਦਾ. ਇਹ ਸਿਰਫ ਫੋਕੇ ਫੈਰ ਨਹੀਂ ਗਏ, ਅੱਜ ਕੁਲਦੀਪ ਪਾਰਸ ਵਰਗੇ ਬੱਚੇ ਜੋ 4 ਲੱਖ ਰੁਪਏ ਦੁਬਈ 'ਚ ਕਮਾ ਰਹੇ ਆ, ਅੱਜ ਰਾਜਾ ਬਲਦੇਵ ਸਿੰਘ ਵਰਗੇ ਬੱਚੇ ਜਿਹੜੇ ਅਟਲੈਂਟਸ ਵਰਗੇ ਹੋਟਲ 'ਚ ਕੰਮ ਕਰਕੇ ਲਗਭਗ 1.5 ਤੋਂ 2 ਲੱਖ ਮਹੀਨੇ ਦਾ ਕਮਾ ਰਹੇ ਆ, ਅੱਜ ਬਲਜਿੰਦਰ ਸਿੰਘ ਤਰਨ ਤਾਰਨ ਵਰਗੇ ਬੱਚੇ JW ਮੈਰਿਟਸ ਵਿੱਚ ਕੰਮ ਕਰਕੇ ਲਗਭਗ 1.25 ਲੱਖ ਰੁਪਏ ਦੁਬਈ 'ਚ ਕਮਾ ਰਹੇ ਆ. ਇਹ ਸਿਰਫ 3 ਨਾਮ ਨਹੀਂ ਗਏ, ਇੱਦਾਂ ਦੇ ਹੋਰ ਤੁਹਾਨੂੰ 800 ਨਾਮ ਮਿਲ ਸਕਦੇ ਆ ਜਿਹੜੇ ਦੁਬਈ 'ਚ ਪੜ੍ਹ ਕੇ ਚੰਗੀ ਜ਼ਿੰਦਗੀ ਜੀ ਰਹੇ. ਕੋਈ ਦੁਬਈ 'ਚ ਬੈਠਾ, ਕੋਈ ਇੱਥੋਂ ਸਿੰਗਾਪੁਰ ਚਲ ਗਿਆ, ਕੋਈ ਇੱਥੋਂ ਅਮਰੀਕਾ ਚਲ ਗਿਆ, ਕੋਈ ਕੈਨੇਡਾ ਜਾਂ ਕੋਈ ਆਸਟ੍ਰੇਲੀਆ ਚਲ ਗਿਆ, ਡਿਪੈਂਡ ਉਹਨਾਂ ਦੀ ਆਪਣੀ ਪ੍ਰੈਫਰੈਂਸ ਕੀ ਸੀਗੀ. 12 ਸਾਲ 12ਵੀਂ ਜਮਾਤ ਬੱਚਾ ਪਾਸ ਹੋਵੇ, 17 ਸਾਲ ਤੋਂ ਲੈ ਕੇ 32 ਸਾਲ ਤੱਕ ਉਹਦੀ ਉਮਰ ਹੋਵੇ, ਕੋਈ ਆਇਲਟਸ ਦੀ ਲੋੜ ਨਹੀਂ, ਕੋਈ ਇੰਟਰਵਿਊ ਨਹੀਂ ਆਉਣੀ, ਕਿਸੇ ਤਰ੍ਹਾਂ ਦੀ ਕੋਈ ਫੰਡ ਦੀ ਲੋੜ ਨਹੀਂ ਗੀ, ਔਰ 100% ਵੀਜ਼ੇ ਦੀ ਗਰੰਟੀ ਦਿੰਦਾ. ਕਿਸੇ ਕੰਟਰੀ ਦੇ ਵੀਜ਼ੇ ਦੀ ਗਰੰਟੀ ਨਹੀਂ ਦੇ ਸਕਦਾ ਮੈਂ, ਬਟ ਦੁਬਈ ਦੇ 100% ਵੀਜ਼ੇ ਦੀ ਗਰੰਟੀ ਦਿੰਦਾ. ਵੀਜ਼ਾ ਜੇ ਰਿਫਿਊਜ਼ ਹੋ ਜਾਏ 1 ਲੱਖ ਦਾ ਪੈਨਲਟੀ ਪੇ ਕਰਾਂਗਾ. ਮੇਰੀ ਗੱਲ ਰਿਕਾਰਡ ਕਰ ਲਿਓ, ਕੰਸਲਟੈਂਟ ਇਹ ਤਾਂ ਕਹਿੰਦੇ ਫੀਸ ਵੀਜ਼ਾ ਲੱਗਣ ਤੋਂ ਬਾਅਦ ਲਵਾਂਗੇ. ਕਦੀ ਕਿਸੇ ਨੇ ਕਿਹਾ ਜੇ ਵੀਜ਼ਾ ਰਿਫਿਊਜ਼ ਹੋਇਆ ਤਾਂ ਪੈਨਲਟੀ ਭਰਾਂਗੇ? ਵੀਜ਼ਾ ਰਿਫਿਊਜ਼ ਹੋਣ ਦੀ ਸੂਰਤ ਵਿੱਚ ਜੋ ਨੁਕਸਾਨ ਹੋਇਆ ਉਹਦੇ ਨਾਲ 1 ਲੱਖ ਰੁਪਇਆ ਪੈਨਲਟੀ ਦਊਗਾ. ਇਹਦਾ ਵੀ ਦਾਵਾ ਜੋ ਓਪਨਲੀ ਕਰਦਾ, ਜੋਬ ਦੀ ਵੀ ਗਰੰਟੀ ਆ, ਵੀਜ਼ੇ ਦੀ ਵੀ ਗਰੰਟੀ ਆ, ਬਟ ਤੁਹਾਡੇ ਵੱਲੋਂ ਇੱਕੋ ਸ਼ਰਤ ਚਾਹੀਦੀ ਹੈ, ਦਿਮਾਗ ਵਿੱਚ ਡੈਡੀਕੇਸ਼ਨ ਹੋਣੀ ਚਾਹੀਦੀ ਹੈ. ਮਿਹਨਤ ਕਰਨ ਲਈ ਦਿਮਾਗ ਵਿੱਚ ਪਹਿਲਾਂ ਇਹ ਚਾਹੀਦਾ, ਵਿਜ਼ਨ ਫੋਕਸ ਕਲੀਅਰ ਹੋਣਾ ਚਾਹੀਦਾ ਕਿ ਮੈਂ ਮਿਹਨਤ ਕਰਨ ਚੱਲਿਆ, ਕਿਉਂਕਿ ਮਿਹਨਤ ਤੋਂ ਬਿਨਾਂ ਕੁਛ ਨਹੀਂ ਮਿਲਣਾ. ਸੋ ਦੁਬਈ 'ਚ ਪੜ੍ਹ ਕੇ ਅਗਰ ਕੈਨੇਡਾ ਅਮਰੀਕਾ 'ਚ ਵਰਕ ਪਰਮਿਟ ਚਾਹੁੰਦੇ ਹੋ, ਦਿਸ ਇਜ਼ ਰਾਈਟ ਕਾਇੰਡ ਆਫ ਆਪਸ਼ਨ ਜੋ ਹਰ ਮਹੀਨੇ ਸ਼ੁਰੂ ਹੁੰਦੀ ਹੈ. 24 ਅਕਤੂਬਰ ਦਾ ਸਾਡਾ ਹੁਣ ਇਨਟੇਕ ਹੈ, ਇਸ ਟਾਈਮ ਐਡਮਿਸ਼ਨ ਦਾ ਲਾਸਟ ਡੇਟ ਚੱਲ ਰਹੀਆਂ ਨੇ. ਜਦੋਂ ਵੀ ਸ਼ੋਅ ਤੁਹਾਡੇ ਤੱਕ ਆਵਾਜ਼ ਤੁਹਾਡੇ ਤੱਕ ਪਹੁੰਚਦੀ ਹੈ, ਆਪਣੇ ਪੇਪਰ ਲੈ ਕੇ ਪੜ੍ਹਾਈ 10ਵੀਂ ਕੀਤੀ ਜਾਂ 12ਵੀਂ ਕੀਤੀ, ਜੋ ਵੀ ਪੜ੍ਹਾਈ ਤੁਸੀਂ ਕੀਤੀ ਉਹਦੇ ਪੇਪਰ ਲੈ ਕੇ ਮੈਨੂੰ ਮੇਰੀ ਟੀਮ ਨੂੰ ਆ ਕੇ ਮਿਲੋ. ਜਿਹੜੇ ਪੁਰਾਣੇ ਗਏ ਬੱਚੇ ਉਹਨਾਂ ਦੇ ਮਾਂ ਪਿਓ ਦੇ ਕੰਟੈਕਟ ਨੰਬਰ ਚਾਹੀਦੇ ਆ, ਉਹਨਾਂ ਦੀਆਂ ਫੇਸਬੁੱਕ ID ਚਾਹੀਦੀਆਂ ਤਾਂ ਕਿ ਮਨ ਦੀ ਤਸੱਲੀ ਕੀਤੀ ਜਾ ਸਕੇ, ਜਾਂ ਫਿਰ ਜ਼ਿਆਦਾ ਜਾਣਕਾਰੀ ਲਈ ਤੁਸੀਂ ICC ਕਾਲਜ ਦੇ ਫੇਸਬੁੱਕ ਪੇਜ 'ਤੇ ਜਾ ਕੇ ਵੀ ਤਮਾਮ ਜਾਣਕਾਰੀ ਲੈ ਸਕਦੇ ਹੋ ਕਿਵੇਂ ਤੁਸੀਂ ਇੱਕ ਪ੍ਰੋਫੈਸ਼ਨਲ ਸ਼ੈਫ ਬਣ ਕੇ 5-17, 7-17 ਹੋਟਲ 'ਚ ਆਪਣੀ ਜ਼ਿੰਦਗੀ ਬਤੀਤ ਕਰ ਸਕਦੇ ਹੋ. ਖਰਚਾ ਕਿੰਨਾ ਕੁ ਆਏਗਾ ਇੱਕ ਬੱਚੇ ਦਾ ਜਦੋਂ ਜਾਪਾਨ? ਥੋੜ੍ਹਾ ਪੁਆਇੰਟ ਪੁੱਛ ਲਿਆ, $15,380 ਅਮਰੀਕਨ ਡਾਲਰ ਫੀਸ ਹੈ, ਐਂਡ ਅੱਜ ਟਰੰਪ ਹੋਣਾ ਦੀ ਕਿਰਪਾ ਕਰਕੇ ਅੱਜ ਡਾਲਰ ਵੀ 75 ਰੁਪਈਏ ਪਹੁੰਚ ਗਿਆ. ਸੋ ਲਗਭਗ 11 ਕੁ ਲੱਖ ਤਾਂ ਭਾਅ ਜੀ ਇਕੱਲੀ ਫੀਸ ਹੀ ਫੀਸ ਬਣਦੀ ਹੈ, ਔਰ ਇਹ ਫੀਸ 1 ਟਾਈਮ ਫੀਸ ਹੈ, ਤੁਸੀਂ ਕੋਈ ਸਮੈਸਟਰ ਵਾਈਜ਼ ਸਾਲ ਬਾਅਦ ਫੀਸ ਨਹੀਂ ਪੇ ਕਰਨੀ, 1 ਟਾਈਮ ਤੁਸੀਂ ਫੀਸ ਪੇ ਕਰਨੀ. $15,380 ਲਗਭਗ 12 ਕੁ ਲੱਖ ਦਾ ਟੋਟਲ ਖਰਚਾ ਆ ਜਾਂਦਾ, ਜਿਸ 'ਚ ਤੁਹਾਡੀ ਟੋਟਲ ਫੀਸ ਹੈ, ਤੁਹਾਡਾ ਟੋਟਲ ਰਹਿਣ ਸਹਿਣ ਦਾ ਖਰਚਾ ਇਨਕਲੂਡ ਹੈ, ਤੁਹਾਡਾ ਖਾਣ ਪੀਣ ਦਾ ਖਰਚਾ ਇਨਕਲੂਡ ਹੈ, ਮੈਡੀਕਲ ਯੂਨੀਫਾਰਮ ਇੰਸ਼ੋਰੈਂਸ ਸਭ ਕੁਝ, ਐਂਡ ਜਿਹੜੀ ਤੁਹਾਨੂੰ ਡਿਗਰੀ ਮਿਲਦੀ ਹੈ ਮੇਨ ਪੁਆਇੰਟ, ਉਹ UK ਤੋਂ ਸਿਟੀ ਐਂਡ ਗਿਲ ਤੋਂ ਮਿਲਦੀ ਹੈ, ਐਂਡ ਦੁਨੀਆ ਵਿੱਚ ਲਗਭਗ 91 ਤੋਂ ਉੱਪਰ ਮੁਲਕਾਂ 'ਚ ਇਹ ਬੋਡੀ ਪੜ੍ਹਾਈ ਜਾਂਦੀ ਹੈ, ਐਂਡ 150 ਸਾਲ ਪੁਰਾਣੀ ਬੋਡੀ ਹੈ. ਜਿਵੇਂ ਤੁਸੀਂ ਆਕਸਫੋਰਡ ਦੀ ਗੱਲ ਕਰਦੇ ਹੋ, ਕੈਂਬਰਿਜ ਦੀ ਗੱਲ ਕਰਦੇ ਹੋ, ਇਸ ਤਰ੍ਹਾਂ ਸਿਟੀ ਐਂਡ ਗਿਲ ਵੀ ਦੁਨੀਆ ਵਿੱਚ ਰੈਕਗਨਾਈਜ਼ ਬੋਡੀ ਹੈ. ਤੁਸੀਂ ਦੁਬਈ ਦੇ ਪੜ੍ਹ ਕੇ ਡਿਗਰੀ UK ਤੋਂ ਲੈ ਕੇ ਕੱਲ੍ਹ ਨੂੰ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂਰਪ ਕਿਤੇ ਵੀ ਉਸ ਡਿਗਰੀ ਦੇ ਬੇਸਿਸ 'ਤੇ ਜੋਬ ਲੱਭਣ ਜਾਂਦੇ ਹੋ ਤਾਂ ਲੋਕ ਹੱਥੀਂ ਛਾਵਾਂ ਕਰਦੇ, ਕਿਉਂਕਿ ਤੁਹਾਡੇ ਕੋਲ ਡਿਗਰੀ UK ਤੋਂ ਅਤੇ ਤਜਰਬਾ ਦੁਬਈ ਦੇ 5 ਸਟਾਰ ਜਿਵੇਂ ਅਟਲੈਂਟਸ ਦਾ ਪਾਮ, JW ਮੈਰਿਟਸ, ਜਾਂ ਫਿਰ ਰੈਡੀਸਨ ਬਲਿਊ, ਜਾਂ ਫਿਰ ਆਪਾਂ ਗੱਲ ਕਰ ਲਈਏ ਹਯਾਤ, ਹਿਲਟਨ, ਜਾਂ ਫਿਰ ਬੁਰਜ ਖਲੀਫਾ ਦੇ ਰੈਸਟੋਰੈਂਟਸ, ਜਾਂ ਫਿਰ ਇਤਿਹਾਦ ਏਅਰਲਾਈਨ, ਜਾਂ ਐਮੀਰੇਟਸ ਏਅਰਲਾਈਨਸ ਦੀ ਗੱਲ ਕਰਨਾ, ਇੱਦਾਂ ਦੀ 5 ਸਟਾਰ ਪ੍ਰੋਪਰਟੀ ਵਿੱਚ ਕਾਲਜ ਵੱਲੋਂ ਜੋਬ ਲਵਾ ਕੇ ਦਿੱਤੀ ਜਾਂਦੀ ਬੱਚੇ ਨੂੰ, ਐਂਡ 100% ਜੋਬ ਦੀ ਗਰੰਟੀ ਦਿੱਤੀ ਜਾਂਦੀ ਹੈ. ਸੋ ਚੰਗੀ ਜ਼ਿੰਦਗੀ ਜਿਉਣਾ ਚਾਹੁੰਦੇ ਹੋ, ਵਰਕ ਪਰਮਿਟ 'ਤੇ ਪਹੁੰਚਣਾ ਚਾਹੁੰਦੇ ਹੋ, ਪੜ੍ਹਾਈ 'ਚ ਹੱਥ ਟਾਈਟ ਹੈ, ਫਿਜ਼ਿਕ ਕੈਮਿਸਟਰੀ ਮੈਥ ਨਹੀਂ ਪੱਲੇ ਪੈਂਦੇ, ਤਾਂ 12ਵੀਂ ਜਮਾਤ ਪਾਸ ਬੱਚਾ ਕੋਈ ਵੀ ਦੁਬਈ 'ਚ ਪੜ੍ਹ ਕੇ ਅਮਰੀਕਾ, ਕੈਨੇਡਾ ਸੈਟਲ ਹੋ ਸਕਦਾ, ਲੋੜ ਹੈ ਮਿਹਨਤੀ ਬਣਨ ਦੀ. ਜੀ, ਸੋ ਅਗਲੀ ਗੱਲਬਾਤ ਜਾਪਾਨ ਦੇ ਬਾਰੇ ਗੱਲ ਕਰਾਂਗੇ. ਸੋ ਇੱਕ ਚੀਜ਼ ਪਹਿਲਾਂ ਵੀ ਜਿਵੇਂ ਆਪਾਂ ਆਫ ਦਾ ਰਿਕਾਰਡ ਜਿਹੜੀ ਗੱਲ ਕਰ ਰਹੇ ਸੀ ਕਿ ਦੁਬਈ, ਜਾਪਾਨ, ਹੋਰ ਵੀ 1-2 ਕੰਸਲਟੈਂਟਸ ਵੱਲੋਂ ਪੰਜਾਬ 'ਚ ਸ਼ੁਰੂ ਕੀਤਾ ਗਿਆ, ਪਰ ਰਿਫਿਊਜ਼ਲ ਆ ਗਈ ਉਹਨਾਂ ਦੀ ਨਾ, ਜਿਵੇਂ ਹੁਣ ਤੁਸੀਂ ਦੁਬਈ ਦਾ ਦੱਸਿਆ ਕਿ ਰਿਫਿਊਜ਼ਲ ਆ ਹੀ ਨਹੀਂ ਸਕਦੀ, ਜਾਂ 100% ਦੀ ਗਰੰਟੀ ਤੱਕ ਵੀ ਦੇ ਰਹੇ ਹੋ, ਕੀ ਕਾਰਨ ਸੀ ਕਿ ਉਹਨਾਂ ਨੂੰ ਉਹ ਨਹੀਂ ਕਰ ਪਾਏ, ਜਾਂ ਕੀ ਖਾਸ ਗੱਲ ਹੈ ਕਿ ਸਿਰਫ ਤੁਸੀਂ ਹੀ ਕਰ ਰਹੇ ਹੋ ਪੰਜਾਬ ਦੇ ਵਿੱਚ ਜਾਪਾਨ ਅਤੇ ਦੁਬਈ? ਦੇਖੋ ਭਾਅ ਜੀ, ਹਰ ਇੱਕ ਬੰਦੇ ਦਾ ਕੰਮ ਕਰਨ ਦਾ ਅਲੱਗ ਅਲੱਗ ਤਰੀਕਾ ਹੈ. ਦੁਬਈ 'ਚ ਜਦੋਂ ਅਸੀਂ ਸ਼ੁਰੂ ਕੀਤਾ ਸੀ ਕਾਲਜ, ਤਾਂ ਐਕਸਪੈਰੀਮੈਂਟਲ ਬੇਸ 'ਤੇ 2 ਬੱਚੇ ਭੇਜੇ ਸੀ ਆਪਣੇ ਘਰ 'ਚੋਂ. ਉਹ 2 ਬੱਚੇ ਨੇ ਹੋਰ ਅੱਗੇ 6 ਬੱਚਿਆਂ ਨੂੰ ਰੈਫਰੈਂਸ ਦੇ ਦਿੱਤਾ, 6
ਤਾਂ ਅਸੀਂ ਜੇ ਅੱਜ ਪੰਜਾਬ 'ਚ ਸਾਰੇ ਏਜੰਟਸ ਕੋਲ ਜੇ ਕਾਲਜ ਹੁੰਦਾ ਤਾਂ ਮੈਨੂੰ ਲੱਗਦਾ ਇਹ ਵੀ ਅੱਜ ਕੈਨੇਡਾ ਵਾਂਗੂ ਜਾਂ ਨਿਊਜ਼ੀਲੈਂਡ ਵਾਂਗੂ ਜਾਂ ਜਿਵੇਂ ਪੂਰਾ ਮੈਂ ਕਿਹਾ ਪੈਕੇਜਾਂ ਵੇਚ ਕੇ ਬੜਾ ਮੈਂ ਬਦਨਾਮ ਹੋ ਚੁੱਕਾ ਹੋਣਾ ਸੀ। ਸੋ ਇੱਕ ਮਨੋਪਲੀ ਨਾਲ ਖੇਡ ਰਹੇ ਹਾਂ, ਅੱਛੇ ਤਰੀਕੇ ਬੱਚੇ ਨੂੰ ਕੁਆਲਿਟੀ ਵਾਈਜ਼ ਭੇਜ ਰਹੇ ਹਾਂ, ਬੱਚੇ ਜੋ ਕਹਿ ਰਹੇ ਉਹ ਪੂਰੀ ਚੀਜ਼ ਕਮਿਟਮੈਂਟ ਕਰਕੇ ਗਰੰਟਡ ਆਪਾਂ ਐਗਰੀਮੈਂਟ ਸਾਈਨ ਕਰਾ ਕੇ ਬੱਚੇ ਨੂੰ ਪੂਰੀ ਚੀਜ਼ਾਂ ਡਿਲੀਵਰ ਕਰਕੇ ਦੇ ਰਹੇ ਹਾਂ। ਜਪਾਨ ਦੀ ਗੱਲ ਕਰ ਰਹੇ ਹੋ, ਚੰਡੀਗੜ੍ਹ ਮੋਹਾਲੀ ਦੀਆਂ ਦੋ ਤਿੰਨ ਕੰਪਨੀ ਨੇ ਪੰਗੇ ਲੈ ਕੇ ਵੇਖੇ, ਬਟ ਵੀਜ਼ਾ ਨਹੀਂ ਲੱਗਾ ਕਿਸੇ ਦਾ। ਆਰ ਐਸ ਗੋਬਲ ਨੇ 100% ਵੀਜ਼ੇ ਆਪਣੇ ਫੇਸਬੁੱਕ ਪੇਜ 'ਤੇ ਦਿਖਾਏ ਆ। ਜਪਾਨ ਦਾ ਵੀ ਨਿਊਜ਼ੀਲੈਂਡ ਵਾਂਗ ਅਤੇ ਆਸਟ੍ਰੇਲੀਆ ਵਾਂਗ ਸਾਡਾ 100% ਸਕਸੈਸ ਰੇਟ ਰਿਹਾ। ਹਾਂ, ਆਉਣ ਵਾਲੇ ਸਮੇਂ 'ਚ ਕੱਲ੍ਹ ਨੂੰ ਕੋਈ ਵੀਜ਼ਾ ਰਿਫਿਊਜ਼ ਹੋ ਰਿਹਾ ਕੁਛ ਨਹੀਂ ਕਿਹਾ ਜਾ ਸਕਦਾ। ਅੱਜ ਜੇ ਅਸੀਂ ਸਤੰਬਰ ਦੇ ਅਖੀਰ 'ਚ ਬੈਠੇ ਜਾਂ ਅਕਤੂਬਰ ਦੇ ਪਹਿਲੇ ਹਫ਼ਤੇ ਬੈਠੇ ਤਾਂ ਸਾਡਾ ਜਪਾਨ ਦਾ ਸਕਸੈਸ ਰੇਟ 100% ਆ। ਪਿਛਲੇ ਅਪ੍ਰੈਲ ਇੰਟੇਕ ਦਾ ਵੀ, ਜੁਲਾਈ ਇੰਟੇਕ ਦਾ ਵੀ, ਹੁਣ ਅਕਤੂਬਰ ਇੰਟੇਕ ਦੀਆਂ COEs ਆ ਚੁੱਕੀਆਂ ਨੇ, ਫਾਈਲਸ ਬਹੁਤ ਜਲਦੀ ਅੰਬੈਸੀ 'ਚ ਲੌਜ ਹੋਣ ਵਾਲੀਆਂ ਨੇ। 15-20 ਦਿਨਾਂ ਦੇ ਵਿੱਚ ਵਿੱਚ ਜਾਂ ਮਹੀਨੇ ਦੇ ਵਿੱਚ ਵਿੱਚ ਜਿਹੜੇ ਅਕਤੂਬਰ ਇੰਟੇਕ ਦੇ ਬੱਚੇ ਉਹਨਾਂ ਦੇ ਵੀਜ਼ਾ ਵੀ ਫੇਸਬੁੱਕ 'ਤੇ ਬਹੁਤ ਜਲਦੀ ਦਿਖਾ ਦਿੱਤੇ ਜਾਣਗੇ। ਜਪਾਨ 'ਚ ਪੜ੍ਹਨ ਜ਼ਿਆਦਾ ਇੱਕ ਫਾਇਦਾ ਇਹ ਭਾਅ ਜੀ, 28 ਘੰਟੇ ਕੰਮ ਕਰਨ ਦੀ ਪਰਮਿਸ਼ਨ ਆ ਪੜ੍ਹਾਈ ਦੇ ਨਾਲ। ਪਲੱਸ ਟੂ ਵਾਲਾ ਬੱਚਾ 1 ਸਾਲ ਦਾ ਲੈਂਗੁਏਜ ਕੋਰਸ ਕਰਦਾ, ਨਾਲ 28 ਘੰਟੇ ਕੰਮ ਦੀ ਪਰਮਿਸ਼ਨ ਹੁੰਦੀ ਹੈ। 1.5 ਲੱਖ ਬੱਚਾ ਮਹੀਨੇ ਦਾ ਪਾਰਟ ਟਾਈਮ ਕੰਮ ਕਰਕੇ ਕਮਾ ਲੈਂਦਾ। ਜਿਹੜਾ ਗ੍ਰੈਜੂਏਟ ਵਿਦਿਆਰਥੀ ਹੈ, ਮੈਂ ਇੱਕ ਐਗਜ਼ਾਮਪਲ ਦਿੰਦਾ ਤੁਹਾਨੂੰ, ਜਿਹੜਾ ਇੱਥੇ 30-35 ਸਾਲ ਦਾ ਬੰਦਾ ਹੈ, ਮੈਨੂੰ ਬੱਚਾ ਤਾਂ ਨਹੀਂ ਕਹੂੰਗਾ, 30-35 ਸਾਲ ਦਾ ਬੰਦਾ ਵਿਆਹ ਵਰਿਆ, ਦੋ ਨਿਆਣੇ ਵੀ ਉਹਦੇ ਹੈਗੇ, ਅੱਜ ਕਿਸੇ ਪ੍ਰਾਈਵੇਟ ਅਦਾਰੇ 'ਚ 10-15 ਹਜ਼ਾਰ ਦੀ ਨੌਕਰੀ ਕਰਦਾ, ਨਾ ਤਾਂ ਉਹਦੇ PR ਦੇ ਪੁਆਇੰਟ ਬਣਦੇ ਆ, ਨਾ ਉਹ ਪੜ੍ਹਾਈ ਲਈ ਜਾਣ ਲਈ ਐਲੀਜੀਬਲ ਆ, ਨਾ ਉਹ ਆਇਲਟਸ ਕਰ ਸਕਦਾ, ਅੱਜ ਬੰਦਾ ਕਰੇਗਾ ਕੀ? ਜਪਾਨ ਦਾ ਵੀ ਵੈਲਕਮ ਕਹਿੰਦਾ। ਤੁਸੀਂ 35 ਸਾਲ ਦੀ ਉਮਰ 'ਚੋਂ, ਹੁਣ ਇੱਕ ਰੀਸੈਂਟਲੀ ਅਰਵਿੰਦ ਕੁਮਾਰ ਹਰਿਆਣੇ ਦਾ ਬੰਦਾ ਭੇਜਿਆ, 36 ਸਾਲ ਦੀ ਉਮਰ ਸੀ, 1982 ਦਾ ਬਰਥ ਉਹਦਾ, ਇੱਥੇ ਹਰਿਆਣੇ 'ਚ ਕਿਸੇ ਪ੍ਰਾਈਵੇਟ ਸਕੂਲ 'ਚ ਟੀਚਿੰਗ ਦੀ ਜੋਬ ਕਰਦਾ ਸੀ, 8,000 ਤਨਖਾਹ ਸੀ, ਦੋ ਉਹਦੇ ਬੱਚੇ ਵੀ ਆ। ਜਦੋਂ ਵੀਜ਼ਾ ਲੈਣਾ ਆਇਆ ਤਾਂ ਮੇਰੇ ਦਫ਼ਤਰ 'ਚ ਚੱਪਲਾਂ ਬੂਟ ਆਪਣੇ ਬਾਹਰ ਲਾ ਕੇ ਆਇਆ, ਕਹਿੰਦਾ ਸਰ ਤੁਹਾਡੇ ਲਈ ਦਫ਼ਤਰ, ਮੇਰੇ ਲਈ ਮੰਦਰ ਹੈ। ਅੱਜ ਤੱਕ 13 ਸਾਲ 'ਚ ਇੰਨਾ ਵੱਡਾ ਕੰਪਲੀਮੈਂਟ ਮੈਨੂੰ ਅਤੇ ਮੇਰੀ ਟੀਮ ਨੂੰ ਨਹੀਂ ਮਿਲਿਆ, ਜਿਸ ਬੰਦੇ ਨੇ ਮੇਰੇ ਦਫ਼ਤਰ ਨੂੰ ਮੰਦਰ ਦਾ ਦਰਜਾ ਦੇ ਦਿੱਤਾ। ਕਹਿੰਦਾ ਲੋਕਾਂ ਦੀ ਮੁਰਾਦਾਂ ਮੰਦਰ ਤੋਂ, ਗੁਰਦੁਆਰੇ ਪੂਰੀ ਹੁੰਦੀਆਂ, ਮੇਰੀ ਇੱਥੋਂ ਪੂਰੀ ਹੋਈਆਂ। ਸੋ ਮੇਰੇ ਲਈ ਮੰਦਰ ਇਹੋ ਹੈ। ਸੋ ਜਦੋਂ ਚੰਗਾ ਕੰਮ ਕਰਦੇ, ਇਹੋ ਜਿਹੀਆਂ ਬਲੈਸਿੰਗਸ, ਇਹੋ ਜਿਹੀਆਂ ਜੋ ਦੁਆ ਮਿਲਦੀਆਂ, ਮੈਨੂੰ ਲੱਗਦਾ ਮੈਨੂੰ ਹੋਰ ਆਕਸੀਜਨ ਵੱਧ ਦਿੰਦੀਆਂ ਨੇ ਤਾਂ ਕਿ ਤੁਹਾਡੇ ਲਈ ਹੋਰ ਚੰਗਾ ਕੰਮ ਕਰ ਸਕਾਂ। ਸੋ 36 ਸਾਲ ਦੇ ਬੰਦੇ ਦਾ ਵੀ ਵੀਜ਼ਾ ਲੱਗਾ 12-13 ਸਾਲ ਦੇ ਪੜ੍ਹਾਈ ਦੇ ਗੈਪ ਤੋਂ ਬਾਅਦ। ਸੋ ਜਿਹੜਾ ਗ੍ਰੈਜੂਏਟ ਹੈ ਉਹਨੂੰ 1 ਸਾਲ ਦੇ ਲੈਂਗੁਏਜ ਕੋਰਸ ਤੋਂ ਬਾਅਦ ਸਿੱਧਾ ਉੱਥੇ ਵਰਕ ਪਰਮਿਟ 2-4 ਸਾਲ ਦਾ ਆਫਰ ਹੁੰਦਾ, ਆਇਲਟਸ ਦੀ ਕੋਈ ਲੋੜ ਨਹੀਂ ਪੈਂਦੀ। ਹਾਂ, ਪ੍ਰੋਸੈਸਿੰਗ ਟਾਈਮ ਜ਼ਰੂਰ 4-5 ਮਹੀਨੇ ਆ। ਅੱਜ ਅਪਲਾਈ ਕਰਨਾ ਤਾਂ ਮਾਰਚ ਅਪ੍ਰੈਲ ਦਾ ਇੰਟੇਕ ਚੱਲ ਰਿਹਾ, ਉਹਦੀ ਵੀ ਲਾਸਟ ਡੇਟਸ ਆਈ ਥਿੰਕ ਹੋਰ 10 ਕੁ ਦਿਨ ਬਚੇ ਨੇ। ਅਪ੍ਰੈਲ ਦੇ ਇੰਟੇਕ 'ਚ ਅਪਲਾਈ ਕਰਾਂਗੇ, ਮਾਰਚ ਤੱਕ ਤੁਹਾਡੀਆਂ COEs ਆ ਜਾਣਗੀਆਂ, ਐਂਡ ਅਪ੍ਰੈਲ 'ਚ ਤੁਹਾਡੇ ਵੀਜ਼ੇ ਅਪਲਾਈ ਹੋ ਕੇ ਅਪ੍ਰੈਲ 'ਚ ਵੀਜ਼ੇ ਆ ਜਾਣਗੇ। ਸੋ ਟੋਟਲ ਜਿਹੜਾ ਖਰਚਾ ਉਹ ਲਗਭਗ 8.5 ਲੱਖ ਤੋਂ ਲੈ ਕੇ 10-11 ਲੱਖ ਤੱਕ ਬਣਦਾ, ਡਿਪੈਂਡ ਫੀਸ ਕਿੰਨੇ ਚਿਰ ਦੀ ਭਰ ਰਹੇ ਹੋ। ਇਹੋ ਖਰਚਾ ਪਹਿਲਾਂ 6-6.5 ਲੱਖ ਵੀ ਹੁੰਦਾ ਸੀ, ਜਿਸ 'ਚ ਫੀਸ 6 ਮਹੀਨੇ ਜਾਂਦੀ ਸੀ। ਜੇ 8-8.5 ਲੱਖ ਖਰਚਾ ਕਰਦੇ, ਉਹ 'ਚ 9 ਮਹੀਨੇ ਦੀ ਫੀਸ ਹੈ, 3 ਮਹੀਨੇ ਦੀ ਅਕੋਮੋਡੇਸ਼ਨ ਹੈ। ਜੇ 11 ਕੁ ਲੱਖ ਖਰਚਦੇ, 10-11 ਲੱਖ, ਉਹ 'ਚ ਤੁਹਾਡੀ ਪੂਰੇ ਸਾਲ ਦੀ ਫੀਸ ਹੈ ਅਤੇ 6 ਮਹੀਨੇ ਦੀ ਅਕੋਮੋਡੇਸ਼ਨ ਹੈ। ਅਲੱਗ ਅਲੱਗ ਕਾਲਜ ਵਿੱਚ ਅਲੱਗ ਅਲੱਗ ਫੀਸ ਲਈ ਜਾਂਦੀ ਹੈ, ਕਿਤੇ 6 ਮਹੀਨੇ ਦੀ, ਕਿਤੇ 9 ਦੀ, ਕਿਤੇ 12 ਦੀ। ਸੋ ਜਪਾਨ 'ਚ ਪੜ੍ਹ ਕੇ ਚੰਗੀ ਜ਼ਿੰਦਗੀ ਜਿਉਣਾ ਚਾਹੁੰਦੇ ਹੋ, ਮੋਟੀ ਕਮਾਈ ਕਰਨਾ ਚਾਹੁੰਦੇ ਹੋ, ਓਪਨਲੀ ਕਹਿੰਦਾ, ਕੈਨੇਡਾ ਆਸਟ੍ਰੇਲੀਆ 'ਚ ਉਨੇ ਪੈਸੇ ਨਹੀਂ ਬਣਦੇ ਜਿੰਨੇ ਜਪਾਨ 'ਚ ਬਣਦੇ ਆ। ਸੋ ਜਪਾਨ 'ਚ ਪੜ੍ਹਾਈ ਦੇ ਨਾਲ ਚੰਗੀ ਕਮਾਈ ਕਰਨਾ ਚਾਹੁੰਦੇ ਹੋ, ਇੱਕ ਚੰਗੇ ਭਵਿੱਖ ਦੀ ਉਮੀਦ ਕਰਨਾ ਚਾਹੁੰਦੇ ਹੋ, 9777977777 'ਤੇ ਕਾਲ ਕਰਕੇ ਆਪਣੀ ਜ਼ਿੰਦਗੀ ਬਦਲੀ ਜਾ ਸਕਦੀ ਹੈ। ਹੋਰ ਕੀ ਜਾਣਕਾਰੀ ਲੈਣਾ ਚਾਹੁੰਦੇ ਹੋ, ਮੇਰੇ ਫੇਸਬੁੱਕ ਪੇਜ 'ਤੇ ਮੇਰੇ ਨਾਲ ਜੁੜ ਸਕਦੇ ਹੋ। RS ਗਲੋਬਲ ਇਮੀਗ੍ਰੇਸ਼ਨ ਦੇ ਨਾਮ 'ਤੇ ਹਰ ਸੋਮਵਾਰ ਸ਼ਾਮੀ 4-5 ਮੈਂ ਲਾਈਵ ਰਹਿੰਦਾ। ਆਇਲਟਸ ਕਰਨਾ ਚਾਹੁੰਦੇ ਹੋ, PT ਕਰਨਾ ਚਾਹੁੰਦੇ ਹੋ, ਸਾਡੇ RS ਗਲੋਬਲ ਸਕੂਲ ਆਫ ਲੈਂਗੁਏਜ ਮਦਦ ਲਈ ਜਾ ਸਕਦੀ ਹੈ। ਅਸੀਂ ਆਇਲਟਸ ਦੀ ਕੋਈ ਫੀਸ ਨਹੀਂ ਲੈਂਦੇ, ਜਿਹੜੀ ਫੀਸ ਅਸੀਂ ਮਹੀਨਾ 2 ਮਹੀਨੇ ਪੜ੍ਹਾ ਕੇ ਲੈਂਦੇ ਹਾਂ ਉਹ ਸਾਰੀ ਫੀਸ ਅਸੀਂ ਆਪਣੀ ਫੀਸ ਵਿੱਚ ਲੈਸ ਕਰ ਦਿੰਦੇ ਹਾਂ। ਸੋ ਪਹਿਲਾਂ ਬੱਚੇ ਕੋਲ ਪੈਸੇ ਲੈ ਜਾਂਦੇ ਆ, ਮੁੜ ਕੇ ਉਹੀ ਪੈਸਾ ਬੱਚੇ ਨੂੰ ਰੀਇੰਬਰਸ ਕਰ ਦਿੱਤਾ ਜਾਂਦਾ। ਸੋ 15 ਸਾਲ ਤੋਂ ਉੱਪਰ ਦੇ ਟ੍ਰੇਨਰਸ ਦੀ ਕੋਚਿੰਗ ਲੈ ਕੇ ਆਪਣੇ ਰਿਕੁਆਇਰਡ ਬੈਂਡ 'ਤੇ ਪਹੁੰਚਣਾ ਚਾਹੁੰਦੇ ਹੋ ਤਾਂ ਵੀ RS ਗਲੋਬਲ ਸਕੂਲ ਆਫ ਲੈਂਗੁਏਜ ਦੀ ਬਦਲ ਲਈ ਜਾ ਸਕਦੀ ਹੈ। ਸੋ ਘੜੀ ਨੇ ਵੀ ਇਸ਼ਾਰਾ ਕਰ ਦਿੱਤਾ ਕਿ ਸਮਾਂ ਖਤਮ ਹੋ ਗਿਆ, ਸੋ ਚਰਚਾ ਨੂੰ ਇੱਥੇ ਹੀ ਖਤਮ ਕਰਨਾ ਪਏਗਾ। ਸ਼ੁਕਰੀਆ, ਧੰਨਵਾਦ ਰਾਹੀ ਸਾਹਿਬ ਸ਼ੋਅ ਦੇ ਵਿੱਚ ਆਉਣ ਲਈ। ਥੈਂਕ ਯੂ ਜੀ ਜੀ। ਪਰ ਤੁਹਾਡੇ ਲਈ ਸਮੇਂ ਦੀ ਕੋਈ ਲਿਮਿਟੇਸ਼ਨ ਬਾਉਂਡੇਸ਼ਨ ਨਹੀਂ, ਕਿਸੇ ਵੀ ਵੇਲੇ ਕਾਲ ਕਰ ਸਕਦੇ ਹੋ। 9779777877 ਨੰਬਰ ਦਿਖਾਇਆ ਵੀ ਜਾ ਰਿਹਾ, ਉਸ ਨੰਬਰ 'ਤੇ ਕਾਲ ਕਰਕੇ ਗੱਲਬਾਤ ਕੀਤੀ ਜਾ ਸਕਦੀ, ਦਫ਼ਤਰ ਵਿਜ਼ਿਟ ਕਰਕੇ ਵੀ ਸਾਰੀ ਜਾਣਕਾਰੀ ਲਈ ਜਾ ਸਕਦੀ। ਸੋ ਜਾਂਦੇ ਜਾਂਦੇ ਕੁਝ ਬੱਚਿਆਂ ਨੂੰ ਮਿਲਦੇ ਆ ਜਿਨ੍ਹਾਂ ਦੇ ਵੀਜ਼ਾ ਆਏ ਨੇ, ਕਿਵੇਂ ਦਾ ਸਫ਼ਰ ਰਿਹਾ, ਕਿੰਨੇ ਸੈਟੀਸਫਾਈ ਨੇ, ਕਿਸ ਤਰ੍ਹਾਂ ਦੀਆਂ ਸਰਵਿਸਿਜ਼ ਮਿਲੀਆਂ, ਉਹਨਾਂ ਦੇ ਮੂੰਹ ਤੋਂ ਸੁਣਦੇ ਹਾਂ। ਕੀ ਤੁਸੀਂ ਵੀ ਵਿਦੇਸ਼ ਜਾਣ ਦਾ ਸੁਪਨਾ ਵੇਖ ਰਹੇ ਹੋ ਪਰ ਤੁਹਾਡੇ ਆਇਲਟਸ ਵਿੱਚੋਂ ਮਨ ਚਾਹੇ ਬੈਂਡਸ ਨਹੀਂ ਆ ਰਹੇ? ਫਿਕਰ ਨਾ ਕਰੋ, ਹੁਣ ਪਾਓ ਗਾਰੰਟੀਡ 7 ਬੈਂਡ। ਅੱਜ ਹੀ ਜੁਆਇਨ ਕਰੋ RS ਗਲੋਬਲ ਸਕੂਲ ਆਫ ਲੈਂਗੁਏਜਸ ਦੀਆਂ ਆਇਲਟਸ ਕਲਾਸਿਸ। ਵਰਕਿੰਗ ਪ੍ਰੋਫਾਈਲ ਲੋਕਾਂ ਲਈ ਵੀ ਖਾਸ ਸੁਨਹਿਰੀ ਮੌਕਾ, ਅਰਲੀ ਮਾਰਨਿੰਗ ਅਤੇ ਲੇਟ ਈਵਨਿੰਗ ਬੈਚਸ ਹਨ ਉਪਲਬਧ, ਤਾਂ ਦੇਰੀ ਕਿਉਂ? ਅੱਜ ਹੀ ਜੁਆਇਨ ਕਰੋ। IDP ਅਤੇ ਬ੍ਰਿਟਿਸ਼ ਕਾਉਂਸਲ ਵੱਲੋਂ ਸਰਟੀਫਾਈਡ ਟ੍ਰੇਨਰਸ ਕੋਲੋਂ ਟ੍ਰੇਨਿੰਗ ਲੈ ਕੇ ਪਾਓ ਗਾਰੰਟੀਡ 7 ਬੈਂਡ ਅਤੇ ਆਪਣੇ ਵਿਦੇਸ਼ ਜਾਣ ਦੇ ਸੁਪਨੇ ਨੂੰ ਕਰੋ ਸਾਕਾਰ। RS ਗਲੋਬਲ